पिता पार ब्रह्म प्रभु तनी मूल न बूझे आप न सूझे परम व्यापी अहं मनी पिता पार ब्रह्म प्रभु तनी मोह निर्गुण मोह निस्तारो निर्गुणी राजन मैं तू राजा कहिए मन मैं पूमा ठाकुर मैं ठकुराई तेरी कोमन सिर कोमा पिता मेरो बड़ो तनी अगवा उस्तत कवन करी जय करते पेख रही विस्मा पिता पार ब्रह्म प्रभ तनी ब्रह्म ज्ञानी को खोजे महेश्वर ब्रह्म ज्ञानी को खोजे महेश्वर नानक ब्रह्म ज्ञानी आप परमेश्वर ब्रह्म ज्ञानी का सगले आकार ब्रह्म ज्ञानी का सगले आकार ब्रह्म ज्ञानी बोलो जी ब्रह्म ज्ञानी आप निरंकार पिता पार ब्रह्म प्रभु तनी सारी संगत गज के आखो जी वाहिगुरु जी का एक सुभा है दास दा पहले हुंदा सी भाई कीर्तन करन जदो बैठिया ना ते संगत नको नक भरी होवे तां सानू पाओ जी बंदा जिवें जिवें फिर जिंदगी च गुरु गुरु की संगत गुरु के महापुरख कुछ असीस देंदे ने ते फिर सुभा बदलदा हुण मेरा सुभा इदां दा है भावें पांच बैठे होण पर उह सारे रल के कीर्तन कर दर्शनी सिख ना बन के बैठी जिवें हुणे हथ खड़े करावां ना असीं भावें इत्थे 50-100 ही बैठे हां अजे पर बड़े आ जे असीं हथ खड़े करन नूं कहीए ना कि भई हथ खड़ा ओ करे जेड़ा पूर्ण तौर ते अपने आप नूं सुखी मनदा है जिन्ने अहीं बैठे हां जे इस तों 20 गुणा वी बैठे होईए ते मैं गुरु दी कृपा नाल कहना कोटन मैं नानक कोई करोड़ां च इक होएगा जेड़ा हथ खड़ा करेगा कि भई मैं पूर्ण तौर ते सुखी हां नहीं ते साडे ग्रस्तियां नूं कोई ना कोई दुख लगा ही होया किसे दी कुड़ी दा विआह नहीं हुंदा किसे दा विआह हो गया कि बच्चा नहीं हुंदा ਕਿਸੇ ਦੇ ਬੱਚੇ ਹੋ ਜਾਂਦੇ ਆ ਅੱਗੇ ਉਹਨਾਂ ਨੂੰ ਕਈ ਕਈ ਰੋਗ ਚਿਮੜ ਜਾਂਦੇ ਆ ਆਖੋ ਸਤਨਾਮ ਸ਼੍ਰੀ ਇਹ ਸਭ ਕੋਈ ਠੀਕ ਹੋ ਜਾਏ ਤੇ ਆ ਜਿਹੜੀ ਮੋਬਾਈਲ ਦੀ ਮਾਇਆ ਰੂਪੀ ਬਿਮਾਰੀ ਚਿਮੜ ਗਈ ਹੈ ਇਹ ਸਾਡੇ ਬੱਚਿਆਂ ਦੀ ਮੱਤ ਨਹੀਂ ਠਿਕਾਣੇ ਰਹਿਣ ਦਿੰਦੀ ਬੱਚੇ ਤੇ ਬੜੀ ਦੂਰ ਦੀ ਗੱਲ ਹੈ ਵੱਡਿਆਂ ਦੇ ਹੀ ਨਹੀਂ ਰਹਿਣ ਦਿੰਦੀ ਗੁਰੂ ਬਚਾਵੇ ਬਸ ਸਾਰੇ ਦੁੱਖਾਂ ਦੀ ਇੱਕ ਬੜੀ ਸੌਖੀ ਦਵਾਈ ਸਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਦਿੱਤੀ ਹੈ ਦਾਸ ਦਾ ਸੁਭਾਅ ਹੈ ਪ੍ਰਵਨੀਤ ਸਿੰਘ ਵੀ ਹੁਣ ਕਥਾ ਕਰਦਾ ਨਾ ਤੇ ਮੈਨੂੰ ਹੀ ਕਵਾਂਗਾ ਸੁਣਾਇਆ ਅਗਰ ਸੰਗਤ ਨੂੰ ਵੀ ਮੈਂ ਕਈ ਹਿੰਦੂ ਮਹਾਤਮਾਵਾਂ ਨੂੰ ਸੁਣਦਾ ਹੁੰਦਾ ਉਦਾਸੀ ਮਹਾਤਮਾਵਾਂ ਨੂੰ ਨਾ ਪ੍ਰਵਨੀਤ ਸਿੰਘ ਸੁਣਿਆ ਕਰੋ ਮਿਲਦਾ ਬੜਾ ਕੁਛ ਉਹਨਾਂ ਕੋਲ ਬੜੀ ਖੋਜ ਹੈ ਬਾਣੀ ਤੇ ਮੈਂ ਜਿੰਨੇ ਹਿੰਦੂ ਮਹਾਤਮਾਵਾਂ ਨੂੰ ਸੁਣਿਆ ਨਾ ਉਹ ਇੱਕ ਗੱਲ ਕਹਿੰਦੇ ਨੇ ਕਹਿੰਦੇ ਤੁਹਾਡੇ ਸਿੱਖਾਂ ਕੋਲ ਹੈਗਾ ਬੜਾ ਕੁਛ ਹੈ ਪਰ ਤੁਸੀਂ ਅਮਲ ਇੱਕ ਤੇ ਵੀ ਨਹੀਂ ਕਰਦੇ ਆਖੋ ਸਤਨਾਮ ਸ਼੍ਰੀ ਉਹ ਵਾਕਈ ਇਹ ਗੱਲ ਉਹਨੇ ਸੱਤ ਕਹੀ ਜੀ ਸਾਡੇ ਕੋਲ ਹੀ ਹੈ ਦਵਾਈ
ਗੁਰੂ ਕੀ ਸੰਗਤ ਕੋਲ, ਗੁਰੂ ਕੇ ਸਿੱਖਾਂ ਕੋਲ, ਪਤਾ ਕਿਹੜੀ? ਮਹਾਰਾਜ ਜੀ ਕਹਿੰਦੇ ਤੈਨੂੰ ਕੋਈ ਵੀ ਦੁੱਖ ਹੈ ਘਬਰਾਉਣਾ, ਡਰਨਾ, ਡੋਲਣਾ, ਇੱਕ ਕੰਮ ਕਰ ਲੈ, ਉਹ ਕੰਮ ਤੈਂ ਕਰੇਗਾ ਤੇਰੇ ਦੁੱਖ ਮੈਂ ਕੱਟਾਂਗਾ। ਉਹ ਕੰਮ ਪਤਾ ਕਿਹੜਾ? ਕਹਿੰਦੇ ਸਤਸੰਗ ਚ ਆ, ਬਿਰਤੀ ਨੂੰ ਇਕਾਗਰ ਕਰ ਤੇ ਆ ਕਰ ਲੈ। ਕਹਿੰਦੇ ਹਰ ਕੀਰਤਨ ਸੁਣੈ, ਹਰ ਕੀਰਤਨ ਗਾਵੈ, ਕਹਿੰਦੇ ਪ੍ਰਸ਼ਾਦ ਪਤਾ ਕੀ ਮਿਲੇਗਾ? ਤਿਸ ਜਨ ਦੁੱਖ ਨਿਕਟ ਨਹੀਂ ਆਵੇ। ਗੱਜ ਕੇ ਕਹਿ ਦਿਓ ਸਤਨਾਮ। ਇਸ ਤੋਂ ਸਸਤੀ ਔਰ ਸੌਖੀ ਦਵਾਈ ਵੀ ਹੈ ਕੋਈ? ਕੁਛ ਨੀ ਕਰਨਾ, ਸੰਗਤ ਚ ਆ, ਆਪਣੇ ਗੁਰ ਪਾਰ ਬ੍ਰਹਮ ਨੂੰ ਹਾਜ਼ਰ ਨਾਜ਼ਰ ਜਾਣ ਕੇ ਬਾਣੀ ਪੜ, ਕੀਰਤਨ ਗਾ। ਮਹਾਰਾਜ ਜੀ ਕਹਿੰਦੇ ਤੇਰੇ ਦੁੱਖ ਕੱਟਣ ਦੀ ਜ਼ਿੰਮੇਵਾਰੀ ਮੈਂ ਲੈ ਲਾਂਗਾ। ਦਾਸ ਦਾ ਇੱਕ ਸੁਭਾਗ ਵੀ, ਅਸੀਂ ਇੱਥੇ ਸਟੇਜ ਤੇ ਜਦੋਂ ਬਹਿੰਦੇ, ਸਾਨੂੰ ਮਹਾਂਪੁਰਖਾਂ ਨੇ ਸਮਝਾਇਆ ਵੀ ਸੰਗਤ ਮਾਂ ਬਾਪ ਹੈ, ਸੰਗਤ ਤੋਂ ਵੱਡਾ ਕੋਈ ਨਹੀਂ। ਸੰਗਤ ਖੁਸ਼, ਗੁਰੂ ਖੁਸ਼। ਸੰਗਤ ਦਿਆਲ ਹੋ ਜਾਏ, ਗੁਰੂ ਮੰਦੇ ਲੇਖਾਂ ਦੇ ਲੀਆਂ ਮਾਰ ਦਿੰਦਾ। ਤੇ ਤੁਸੀਂ ਸਾਰਿਆਂ ਨੂੰ ਬੇਨਤੀ ਹੈ, ਐਸਾ ਗੁਰੂ ਨਹੀਂ ਜੇ ਕਰੇ ਲੰਮਣਾ। ਹੁਣੇ ਜਦੋਂ ਅਰਦਾਸ ਹੋਏਗੀ, ਆਨੰਦ ਸਾਹਿਬ ਤੋਂ ਬਾਅਦ ਹੁਕਮਨਾਮਾ ਹੋਏਗਾ ਨਾ, ਤੇ ਗ੍ਰੰਥੀ ਸਿੰਘ ਜੀ ਇੱਕ ਡੰਡੋਤ ਪੜ੍ਹਦੇ ਹੁੰਦੇ ਆ, ਤੁਸੀਂ ਵੀ ਸਾਰੇ ਪੜ੍ਹੋ। ਸੋ ਕੋ ਟਲ ਗੁਰ ਸੇਵੀਐ, ਬੋਲੋ ਸਾਰੇ ਗੱਜ ਕੇ, ਸੋ ਕੋ ਅਟਲ, ਵਾਹ ਵਾਹ ਐਸ। ਅੱਗੇ ਕੀ ਕਹਿੰਦੇ ਆ? ਦਰਸ਼ਨ ਪਰਸੀਐ ਗੁਰੂ ਕੈ ਜਨਮ, ਅਗਲਾ ਹੋਵੇ ਸਿਫਤ ਨੂਰ ਅਰਸੋਂ, ਤੁਧ ਡਿਠੇ ਸੱਚੇ ਜਨਮ ਜਨਮ ਦੀ ਕੱਟੀ, ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹ ਦੇ। ਬੋਲੋ ਸੱਜਣ ਸੱਚਾ ਸਿਰ ਸ਼ਾਹ ਦੇ, ਜਿਸ ਪਾਸ ਬੈਠਿਆ ਜਿਸ ਪਾਸ ਬੈਠਿਆ। ਚਾਹੁੰਦੇ ਹੋ ਨਾ ਜੇ ਗੁਰੂ ਨੂੰ ਅਸੀਂ ਚੰਗੇ ਲੱਗੀਏ, ਸੋਹਣੇ ਲੱਗੀਏ? ਮਹਾਰਾਜ ਜੀ ਕਹਿੰਦੇ ਗੁਰੂ ਦੇ ਕੋਲ ਬਹਿਣਾ ਸਿੱਖ ਜਾ। ਕਿੱਡਾ ਵੱਡਾ ਦਰਬਾਰ ਸਾਹਿਬ ਹੈ, ਪਰ ਹਜੇ ਅਸੀਂ ਸਵਾਈ ਹਾਂ, ਪਰ ਤੁਸੀਂ ਐਂ ਨੁੱਕੜਾਂ 'ਤੇ ਜਾ ਕੇ ਬਹਿ ਗਏ ਹੋ ਜਿਵੇਂ ਸਾਰਾ ਹਾਲ ਭਰ ਗਿਆ ਹੋਵੇ। ਇਹ ਗੁਰੂ ਇਹੋ ਜਿਹਾ, ਇਹਦੇ ਕੋਲ ਆ ਕੇ ਬੈਠੋਗੇ ਨਾ, ਸੋਹਣੇ ਲੱਗੋਗੇ ਇੱਥੇ ਵੀ ਤੇ ਉੱਥੇ ਵੀ। ਤੇ ਸਾਰੀਆਂ ਮਾਤਾਵਾਂ ਭੈਣਾਂ ਨੂੰ ਬੇਨਤੀ ਆ ਵੀ ਥੋੜ੍ਹਾ ਥੋੜ੍ਹਾ ਤੁਸੀਂ ਅੱਗੇ ਆ ਜਾਓ, ਕਿਉਂ ਅਸੀਂ ਫਿਰ ਕਹਿਣਾ ਬੋਲੋ ਗੱਜ ਕੇ, ਤੁਸੀਂ ਬੋਲਣਾ ਨਹੀਂ ਤੇ ਫਿਰ ਸਾਡੇ ਕੋਲ ਕੀਰਤਨ ਨਹੀਂ ਜੇ ਆਉਣਾ। ਤੇ ਸ਼ਾਬਾਸ਼ ਸ਼ਾਬਾਸ਼, ਜਿਹੜੀਆਂ ਪਿੱਛੇ ਕੁਰਸੀ 'ਤੇ ਵੀ ਬੈਠੀਆਂ ਨਾ, ਜਿਹੜੀ ਕੋਈ ਭੁੰਜੇ ਬਹਿ ਸਕਦੀ ਉਹਨੂੰ ਬੇਨਤੀ ਵੀ ਅੱਗੇ ਆ ਜਾਏ। ਗੁਰੂ ਅਰਜਨ ਦੇਵ ਜੀ ਇਲੇ ਨਾ, ਇੱਕ ਬੜਾ ਧਨਾੜ ਸੇਠ ਮਹਾਰਾਜ ਜੀ ਦੇ ਦਰਸ਼ਨ ਕਰਨ ਦਰਬਾਰ ਸਾਹਿਬ ਆਇਆ ਤੇ ਹੋਮੇ ਦਾ ਗਰਸਿਆ ਹੋਇਆ ਸੀ, ਜਾ ਕੇ ਨਾ ਸਿੱਧਾ ਮਹਾਰਾਜ ਜੀ ਦੇ ਤਖ਼ਤ 'ਤੇ ਬਹਿ ਗਿਆ। ਮਹਾਰਾਜ ਗੁਰੂ ਅਰਜਨ ਦੇਵ ਜੀ ਨਿਮਰਤਾ ਦੀ ਮੂਹਰੇ ਜਦੋਂ ਦਰਬਾਰ ਸਾਹਿਬ ਆਏ, ਮਹਾਰਾਜ ਜੀ ਨੇ ਜਦੋਂ ਦੇਖਿਆ ਨਾ, ਮਹਾਰਾਜ ਦੇ ਮੂੰਹੋਂ ਸਹਿਜ ਸੁਭਾਅ ਨਿਕਲ ਗਿਆ। ਕਹਿੰਦੇ ਇਹਦੇ ਗੋਡਿਆਂ 'ਚ ਤਕਲੀਫ ਹੈ, ਆਖੋ ਸਤਨਾਮ ਸ਼੍ਰੀ ਵਾਹਿਗੁਰੂ, ਹੈਗੀ ਤੇ ਨਹੀਂ ਸੀ, ਪਰ ਜਦੋਂ ਮਹਾਰਾਜ ਜੀ ਦੇ ਮੂੰਹੋਂ ਨਿਕਲ ਗਿਆ, ਉਸੇ ਅੱਲੇ ਕੋ ਉਹਦੇ ਗੋਡੇ ਫੇਲ ਹੋ ਗਏ ਜੀ। ਸੰਗਤ ਚਾਹੋ ਕੋਸ਼ਿਸ਼ ਕਰਿਆ ਕਰੋ ਵੀ ਭੂਏ ਆਸਣ ਲਾ ਕੇ ਕੀਰਤਨ, ਕੋਈ ਮਜਬੂਰੀ ਸਰੀਰ ਦੀ, ਚਲੋ ਗੱਲ ਹੋ ਰਿਹਾ, ਕਈ ਸ਼ੌਂਕੀਆਂ ਹੀ ਬਹਿ ਜਾਂਦੇ ਵੀ ਮੇਰੀ ਸਹੇਲੀ ਬੈਠੀ, ਚੱਲ ਮੈਂ ਵੀ ਬਹਿ ਜਾਵਾਂ, ਉਹ ਕੰਮ ਨਾ ਕਰੀਏ। ਤੇ ਹੁਣ ਸਾਰਿਆਂ ਨੂੰ ਬੇਨਤੀ ਹੈ, ਆਪਣੇ ਦੁੱਖਾਂ ਦੀ ਪੰਡ ਗੁਰੂ ਦੇ ਅੱਗੇ ਰੱਖ ਕੇ, ਸਭ ਕੁਝ ਭੁੱਲ ਕੇ, ਜਿਨ੍ਹਾਂ ਦਾ ਨਾਂ ਲਿਖਿਆ ਨਾ ਬੋਰਡਾਂ 'ਤੇ, ਬਾਬਾ ਦੀਪ ਸਿੰਘ ਜੀ। ਅਤੇ ਦਾਸ ਤਾਂ ਕਈ ਵਾਰੀ ਕਹਿੰਦਾ ਵੀ ਸਾਡੇ ਤਾਂ ਹੈ ਹੀ ਬਾਬਾ ਜੀ, ਆਖੋ ਸਤਨਾਮ ਸ਼੍ਰੀ, ਉਹਨਾਂ ਦੀਆਂ ਹੀ ਮਿਹਰਾਂ ਨੇ, ਜਮੁਨਾ ਪਾਰ ਉਹਨਾਂ ਦਾ ਹੀ ਅਸਥਾਨ ਹੈ ਜਿੱਥੇ ਸਾਰੀ ਸੇਵਾ ਚੱਲਦੀ ਹੈ। ਜਿੰਨੀ ਗੁਰਬਾਣੀ ਹੈ, ਕਿੰਨੀ ਕਰਾਮਾਤ ਵਾਲੀ ਗੱਲ ਹੈ, ਗੁਰਬਾਣੀ ਦਾ ਕੋਈ ਸ਼ਬਦ ਤੁਸੀਂ ਪੜ੍ਹ ਲਓ, ਭਾਵੇਂ ਉਹ ਗੁਰੂ ਦੀ ਸਿਫਤ 'ਚ ਲਿਖਿਆ, ਪਰ ਬਾਬਾ ਜੀ ਦੇ ਜੀਵਨ 'ਤੇ ਵੀ ਪੂਰਾ ਢੁੱਕਦਾ ਹੋਏਗਾ। ਹੁਣੇ ਜਿਵੇਂ ਬੱਚਾ ਪੜ੍ਹ ਰਿਹਾ ਸੀ, ਪਿਤਾ ਪਾਰ ਬ੍ਰਹਮ ਪ੍ਰਭ ਧਨੀ, ਜੇ ਇਹਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ 'ਤੇ ਲੈ ਜਾਓ ਤੇ ਉਹਨਾਂ 'ਤੇ ਵੀ ਢੁੱਕਦਾ, ਜੇ ਬਾਬਾ ਦੀਪ ਸਿੰਘ ਜੀ 'ਤੇ ਲੈ ਜਾਓ ਤੇ ਉਹ ਵੀ ਪਿਤਾ ਪਾਰ ਬ੍ਰਹਮ ਨੇ। ਜੇ ਰਾਜਨ ਮੈਂ ਤੂੰ ਰਾਜਾ ਕਹੀਏ, ਤੁਸੀਂ ਗੁਰੂ ਗੋਬਿੰਦ ਸਿੰਘ ਨੇ ਕਹੋ, ਉੱਧਰ ਵੀ ਢੁੱਕਦਾ। ਜੇ ਇੱਧਰ ਬਾਬਾ ਜੀ ਵੱਲ ਝਾਤ ਮਾਰੋ ਤੇ ਬਾਬਾ ਜੀ ਵਰਗਾ ਵੀ ਰਾਜਾ ਕੋਈ ਨਹੀਂ। ਉਸ ਬਾਬਾ ਜੀ ਦਾ ਆਗਮਨ ਦਿਹਾੜਾ ਤੁਸੀਂ ਸਾਰੇ ਮਲ ਕੇ ਮਾਰੇ ਹੋ, ਆਓ ਬਾਬਾ ਜੀ ਦੀ ਖੁਸ਼ੀਆਂ ਲੈਣ ਲਈ, ਕਹੀ ਬਾਬਾ ਜੀ ਨੂੰ।
ਤਨ ਤਨ ਬਾਬਾ ਦੀਪ ਸਿੰਘ ਜੀ ਪਿਤਾ ਪਾਰ ਬ੍ਰਹਮ ਪ੍ਰਭ ਧਨੀ ਮੋਹਿ ਨਿਸਤਾਰੋ ਨਿਰਗੁਣੀ ਸੋਭਾ ਜੁਗ ਜੁਗ ਹੋਈ ਉਹਨਾਂ ਦੀ ਸੋਭਾ ਜੁਗ ਜੁਗ ਹੋਈ ਸੋਭਾ ਜੁਗ ਜੁਗ ਹੋਈ ਉਹਨਾਂ ਦੀ ਸੋਭਾ ਜੁਗ ਜੁਗ ਹੋਈ ਬੋਲੋ ਸੋਭਾ ਜੁਗ ਜੁਗ ਹੋਈ ਸੋਭਾ ਜੁਗ ਜੁਗ ਹੋਈ ਬੋਲੋ ਸਾਰੇ ਸੋਭਾ ਜੁਗ ਜੁਗ ਸੋਭਾ ਜੁਗ ਜੁਗ ਹੋਈ ਉਹਨਾਂ ਦੀ ਸੋਭਾ ਉਹਨਾਂ ਦੀ ਸੋਭਾ ਜੁਗ ਜੁਗ ਹੋਈ ਸੋਭਾ ਜੁਗ ਜੁਗ ਹੋਈ ਕੋਈ ਨਾ ਬੇਟਨ ਹਾਰਾ ਉਹਨਾਂ ਦੀ ਸੋਭਾ ਜੁਗ ਜੁਗ ਹੋਈ ਬੋਲੇ ਸਾਰੀ ਹੋਏ ਫਿਰ ਬੋਲੋ ਗੱਜ ਕੇ ਸਾਰੇ ਹੋਏ ਨਾ ਸੋਭਾ ਜੀ ਕੋਏ ਨਾ ਮੇਟਨ ਹਾਰ ਆਇਓ ਨਾ ਦੀ ਸੋਭਾ ਮੇਟਨ ਹਾਰਾ ਉਹਨਾਂ ਦੀ ਸੋਭਾ ਜੁਗ ਜੁਗ ਹੋਈ ਸੰਗਤ ਬੋਲੇ ਕੋਈ ਨਾ ਉਹਨਾਂ ਦੀ ਸੋਭਾ ਕਿਹਨੂੰ ਕਹਿ ਰਹੇ ਹੋ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਬਾਬਾ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਜਿਨ ਹਰ ਮਨ ਵਸਿਆ ਸੇ ਦਰ ਸਾਚੇ ਦਰ ਸਾਚੇ ਸੱਚਿਆਰਾ ਸੋਭਾ ਜੁਗ ਜੁਗ ਹੋਈ ਕੋਈ ਨਾ ਮੇਟਨ ਹਾਰਾ ਨਾਨਕ ਦਿਨ ਕੈ ਸਦ ਬਲਿਹਾਰੈ ਜਿਨ ਹਰ ਰੱਖਿਆ ਔਰ ਤਾਰਾ ਜਿਨ ਹਰ ਰੱਖਿਆ ਔਰ ਤਾਰਾ ਬੋਲੋਈ ਕੋਈ ਜੁਗ ਜੁਗ ਹੋਈ ਹੋਏ ਨਾ ਮੇਟਨ ਹਾਰਾਇਓ ਨਾਨੀ ਸੋਭਾ ਜੁਗ ਜੁਗ ਹੋਈ ਬੋਲੋ ਸਾਰੇ ਹੋਏ ਨਾ ਬਾਬਾ ਜੀ ਦੇ ਪਿਆਰ ਚ ਸਾਰੀ ਸੰਗਤ ਜਪੋ
ਇਹਦੇ ਤੇ ਹੀ ਸਾਡੇ ਬਾਬਾ ਹੀ ਪ੍ਰਸੰਨ ਹੁੰਦੇ ਜੇ। ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਬਾਬਾ ਦੀਪ ਸਿੰਘ ਜੀ ਬਾਬਾ ਦੀਪ ਸਿੰਘ
ਉਹਨਾਂ ਨੂੰ ਸਭ ਜਗਤ ਕਰੇ ਨਮਸਕਾਰ ਉਹਨਾਂ ਨੂੰ ਸਭ ਜਗਤ ਕਰੇ ਨਮਸਕਾਰ ਬੋਲੇ ਉਹਨਾਂ ਨੂੰ ਸਭ ਫਿਰ ਬੋਲੋ ਉਹਨਾਂ ਨੂੰ ਸਭ ਜੋ ਮਨ ਚਿਤ ਇੱਕ ਅਰਾਧਦੇ ਬਾਬਾ ਜੀ ਕੌਣ ਨੇ ਸਾਡੇ ਸੁਣਿਓ ਧਿਆਨ ਨਾਲ ਜੋ ਮਨ ਚਿਤ ਇੱਕ ਅਰਾਧਦੇ ਹੈ ਤਿੰਨ ਕੀ ਹੀ ਤਿੰਨ ਕੀ ਬਰਕਤ ਖਾਹੇ ਅਸੰਖ ਕਰੋੜੇ ਸਭ ਜਗਤ ਕਰੇ ਨਮਸਕਾਰ ਉਹਨਾਂ ਨੂੰ ਸਭ ਜਗਤ ਕਰੇ ਨਮਸਕਾਰ ਬੋਲੋ ਉਹਨਾਂ ਨੂੰ ਸਭ ਉਹਨਾਂ ਨੂੰ ਕਦੀ ਇਸ ਪੰਗਤੀ ਦੇ ਦਰਸ਼ਨ ਕਰਨੇ ਹੋ ਕਦੀ ਮਨ ਚ ਆ ਜਾਂਦਾ ਕਦੀ ਚੈੱਕ ਕਰਨਾ ਹੋਏ ਬਾਬਾ ਜੀ ਦੀ ਮਿਹਰ ਨਾਲ ਕਹਿਣਾ ਕਦੀ ਚੱਲ ਜਾਣਾ ਅੰਮ੍ਰਿਤਸਰ ਸਾਹਿਬ ਐਤਵਾਰ ਵਾਲੇ ਦਿਨ ਬਾਬਾ ਜੀ ਦਾ ਸਥਾਨ ਹੈ ਚਾਟੀ ਪਿੰਡ ਚੌਂਕੇ ਆਮ ਸੰਗਤ ਦੇ ਮੂੰਹ ਚ ਕਹਿੰਦੇ ਆ ਅਸੀਂ ਸ਼ਹੀਦਾਂ ਗੁਰਦੁਆਰੇ ਦਾ ਨਾਂ ਹੈ ਗੁਰਦੁਆਰਾ ਸ਼ਹੀਦਗੰਜ ਸਾਹਿਬ ਧੰਨ ਧੰਨ ਬਾਬਾ ਦੀਪ ਸਿੰਘ ਜੀ ਇੱਕ ਮਾਣ ਕਰਿਓ ਜਿੱਥੇ ਗੁਰੂ ਸ਼ਹੀਦ ਹੋਇਆ ਉੱਥੇ ਗੁਰੂ ਨੇ ਤੁਹਾਡੀ ਝੋਲੀ ਤੁਹਾਡੇ ਦੁੱਖ ਕੱਟਣ ਵਾਸਤੇ ਸੀਸਗੰਜ ਪਾਤਾ ਉਹ ਗੁਰੂ ਕੇ ਸਿੱਖ ਕੱਢੇ ਮਾਂ ਬੋਲੀ ਜਿੱਥੇ ਗੁਰੂ ਕੇ ਸਿੰਘਾਂ ਨੇ ਸ਼ਹੀਦੀ ਦਿੱਤੀ ਉੱਥੇ ਸ਼ਹੀਦਗੰਜ ਤੁਹਾਡੀ ਝੋਲੀ ਚ ਪਾ ਸੀਸਗੰਜ ਜਾਓ ਹੋ ਸਕਦਾ ਕਰਮ ਦੇਖੇ ਜਾਣ ਪਰ ਜਦੋਂ ਸ਼ਹੀਦਗੰਜ ਜਾਓਗੇ ਉਹ ਜਦੋਂ ਵਿਚੋਲੇ ਬਣ ਜਾਣ ਗੁਰੂ ਨੂੰ ਕਰਮਾਂ ਦੇ ਲੇਖ ਮਾਰਨੇ ਪੈਂਦੇ ਨੇ ਕਦੀ ਚਲੇ ਜਾਓ ਮੇਰਾ ਸੁਭਾਅ ਹੈ ਹਰ ਸਾਲ ਬਾਬਾ ਜੀ ਦਾ ਆਗਮਨ ਦਿਹਾੜਾ 26 ਜਨਵਰੀ ਨੂੰ ਮਨਾਇਆ ਜਾਂਦਾ ਕਦੀ ਆਓ ਦਰਸ਼ਨ ਦਿਓ ਜਮਨਾਬਾਦ ਮੇਰਾ ਸੁਭਾਅ ਹੈ ਮੈਂ ਇੱਕ ਹੁੰਦਾ ਕਿ ਬਈ ਬਾਬਾ ਜੀ ਉਦੋਂ ਸ਼ਹੀਦੀਆਂ ਦਿੱਤੀਆਂ ਉਦੋਂ ਬਾਹਾਂ ਫੜੀਆਂ ਨਿਰਗੁਣ ਆਰਿਆਂ ਦੀਆਂ ਇੱਕ ਹੈਗਾ ਅੱਜ ਵੀ ਪ੍ਰਤੱਖ ਵਰਤ ਰਹੇ ਹੈ ਕੱਲ ਇੱਥੇ ਆਉਣਾ ਸੀ ਨਾ ਕੱਲ ਮੈਂ ਸੋਚ ਰਿਹਾ ਸੀ ਬਈ ਕੀ ਪੜਾਂਗਾ ਉੱਥੇ ਬਾਬਾ ਜੀ ਕੋਈ ਹੱਡ ਬੀਤੀ ਸਾਹਮਣੇ ਲਿਆ ਦਿਓ ਕੋਈ ਕਿਰਪਾ ਕਰ ਦਿਓ ਬਾਬਾ ਜੀ ਤੁਹਾਡੀ ਵਡਿਆਈ ਗੁਰੂ ਰਾਮਦਾਸ ਜੀ ਕਿਰਪਾ ਕਰ ਦਿਓ ਤੇ ਤੁਹਾਨੂੰ ਸੰਗਤ ਨੂੰ ਪਤਾ ਜੋ ਤੁਸੀਂ ਇਹ ਮਾਇਆ ਝੋਲੀ ਪਾਉਂਦੇ ਹੋ ਨਾ ਸਾਰੀ ਤੁਹਾਡੀ ਮਾਇਆ ਜਿਵੇਂ ਵੀ ਚਲੋ ਗੁਰੂ ਭਲਾਈ ਦੇ ਕਾਰਜਾਂ 'ਚ ਲਵਾਉਂਦਾ ਕਈ ਕਾਰਜ ਗੁਪਤ ਵੀ ਚੱਲਦੇ ਆ ਚਲੋ ਸੰਗਤ ਮਾਂ ਬਾਪ ਹੈ ਮੈਂ ਦੱਸ ਦਿੰਦਾ ਵੀ ਤੁਹਾਡੀ ਦਿੱਤੀ ਮਾਇਆ 'ਚੋਂ ਨਾ ਦੀਨ ਦਿਆਲ ਹਸਪਤਾਲ ਅਤੇ ਜਿਹੜਾ ਸੁਭਾਸ਼ ਨਗਰ ਇੱਕ ਸਰਕਾਰੀ ਹਸਪਤਾਲ ਹੈ ਨਾ ਉੱਥੇ ਚਾਹ ਦੁੱਧ ਦੀ ਸੇਵਾ ਹਫ਼ਤੇ 2 ਵਾਰੀ ਜਾਂਦੀ ਗੁਰੂ ਦੀ ਮਿਹਰ ਨਾਲ ਜਿਹਦੇ ਕੋਲ ਅਸੀਂ ਬਿਸਕੁਟ ਖਰੀਦਦੇ ਹਾਂ ਬਿਸਕੁਟ ਰਸ ਫੈਨ ਜਿਹਦੇ ਕੋਲ ਬੇਕਰੀ ਦਾ ਸਮਾਨ ਖਰੀਦਦੇ ਹਾਂ ਉਹ ਇੱਕ ਹਿੰਦੂ ਵੀਰ ਹੈ ਨੰਬਰ ਜਾਓ ਮੈਂ ਦੇ ਦਾਂਗਾ ਨਾਂ ਹੈਗਾ ਜੀ ਉਹਦਾ ਸੰਜੀਵ ਜੀ ਉਹਨਾਂ ਦੇ ਪਿਤਾ ਜੀ ਦਾ ਨਾਮ ਸੀ ਮੁਨਸ਼ੀ ਰਾਮ ਜੀ ਹੁਣ ਗੁਜ਼ਰ ਗਏ ਨੇ ਕੱਲ ਕੁਦਰਤੀ ਨਾ ਮੈਨੂੰ ਉਹਦਾ ਫੋਨ ਆ ਗਿਆ ਮੈਂ ਕਿਹਾ ਹੋਰ ਸੰਜੀਵ ਜੀ ਉਹ 26 ਜਨਵਰੀ ਹਰ ਸਾਲ ਜਾਂਦਾ ਅੰਮ੍ਰਿਤਸਰ ਮੈਂ ਕਿਹਾ ਸੰਜੀਵ ਜੀ ਅੱਜ ਤੱਕ ਮੈਂ ਪੁੱਛਿਆ ਨਹੀਂ ਮੈਨੂੰ ਇੱਕ ਗੱਲ ਦੱਸੋ ਹਰ 26 ਜਨਵਰੀ ਕਿਉਂ ਜਾਂਦੇ ਹੋ 26 ਜਨਵਰੀ ਨੂੰ ਹੀ ਕਿਉਂ ਜਾਂਦੇ ਹੋ ਕਹਿੰਦਾ ਤੁਸੀਂ ਕਥਾ ਹੀ ਸੁਣਾ ਦਿਓਗੇ ਮੈਂ ਕਿਹਾ ਤੇਰੀ ਕਮਾਈ ਨਹੀਂ ਜਾਂਦੀ ਤੈਨੂੰ ਪਰਚਾ ਨਹੀਂ ਪੈਂਦਾ ਕਿਸੇ ਦੀ ਬਾਬਾ ਜੀ ਦੇ ਸ਼ਰਧਾ ਬਣ ਜਾਏਗੀ ਮੈਨੂੰ ਦੱਸ ਦੇ ਸੰਗਤ ਸੁਣਾਵਾਂਗਾ ਕਈ ਵਖਰੇਵਾਂ ਕਰਦੇ ਆ ਗੁਰੂ ਗੋਬਿੰਦ ਸਿੰਘ ਜੀ ਤੇ ਬਾਬਾ ਦੀਪ ਸਿੰਘ ਜੀ ਪਰ ਬਾਣੀ ਕਹਿੰਦੀ ਬ੍ਰਹਮ ਗਿਆਨੀ ਕਾ ਸਗਲੇ ਆਕਾਰ ਤੇ ਬ੍ਰਹਮ ਗਿਆਨੀ ਆਪ ਨਿਰੰਕਾਰ ਮੈਂ ਕਿਹਾ ਕਿਉਂ ਜਾਣਾ ਬਾਬਾ ਜੀ ਦੇ ਦਰ ਤੇ 26 ਜਨਵਰੀ ਤੇ ਰੋ ਕੇ ਫੋਨ ਤੇ ਮਨ ਭਰ ਆਇਆ ਕਹਿੰਦਾ 2011 ਚ ਮੈਂ ਲੋਕਾਂ ਦੇ ਕਰਜ਼ੇ ਹੇਠ ਆ ਕੇ ਮਾਰਿਆ ਗਿਆ ਸੀ ਬੈਂਕ ਦਾ ਵੀ ਕਰਜ਼ਾ ਮੈਂ ਕਿਹਾ ਕਿਉਂ ਸ਼ੌਂਕ ਜ਼ਿਆਦਾ ਪਾਲ ਲਏ ਸੀ ਕਹਿੰਦਾ ਇਹੀ ਸਮਝ ਲਓ ਜਿੰਨੇ ਬੈਠੇ ਹੋਣਾ ਮੇਰੀ ਹੱਥ ਜੋੜ ਕੇ ਤੁਹਾਡੇ ਅੱਗੇ ਬੇਨਤੀ ਹੈ ਕਰਜ਼ੇ ਦੇ ਚੀਜ਼ਾਂ ਘੱਟ ਹੀ ਲਿਆ ਕਰੋ
ਅੱਜਕੱਲ ਜਿਹੜਾ ਰਿਵਾਜ ਚੱਲ ਪਿਆ ਨਾ, ਮੋਬਾਈਲ ਵੀ ਕਿਸ਼ਤਾਂ ਦੇ, ਗੱਡੀ ਵੀ ਕਿਸ਼ਤਾਂ ਦੇ, ਫਲੈਟ ਵੀ ਕਿਸ਼ਤਾਂ ਦੇ, ਉਹ ਬੰਦਾ ਲੈ ਲੈਂਦਾ ਵਿੱਥ ਤੋਂ ਪਾਰ, ਪਰ ਬਾਜ ਔਖਾ ਹੁੰਦਾ। ਸੰਗਤ ਕਰਨ ਲਿਓ ਹੱਥ ਜੋੜ ਕੇ ਬੇਨਤੀ, ਜੇ ਲੂਣ ਨਾਲ ਰੋਟੀ ਖਾ ਲਿਆ ਕਰੋ ਪਰ ਆਪਣੀ ਨੀਂਦਰ ਚੈਨ ਵੀ ਰੱਖੋ। ਮੈਨੂੰ ਕਹਿੰਦਾ ਭਾਅ ਜੀ ਕਾਰੋਬਾਰ ਇੱਕਦਮ ਵਧਿਆ ਸੀ ਸਾਡਾ ਬੇਕਰੀ ਦਾ, ਤੇ ਬੱਚਿਆਂ ਨੂੰ ਸ਼ੌਂਕ ਪੈ ਗਿਆ, ਅਸੀਂ ਵੀ ਕਿਹਾ ਕਰੋ ਐਸ਼। ਕਹਿੰਦਾ ਐਸ਼ ਦੇ ਕਰਕੇ 2011 ਚ ਮੈਂ ਡੁੱਬ ਗਿਆ ਸੀ ਕਰਜ਼ੇ ਦੇ ਹੇਠਾਂ। ਮੈਂ ਕਿਹਾ ਫੇਰ? ਕਹਿੰਦਾ 6 ਮਹੀਨੇ ਬੜਾ ਰੋਲਿਆ। ਕਹਿੰਦਾ ਇੰਨਾ ਕੁ ਪਰੇਸ਼ਾਨ ਹੋਇਆ ਕਿ ਕਰਜ਼ੇ ਲੈਣ ਵਾਲੇ ਮੇਰੇ ਘਰ ਆਉਂਦੇ ਸੀ ਨਾ, ਤੇ ਮੈਂ ਜਨਾਨੀ ਨੂੰ ਕਹਿੰਦਾ ਸੀ ਕਹਦੇ ਘਰ ਨਹੀਂ ਹੈਗਾ। ਕਹਿੰਦਾ ਏਦਾਂ ਝੂਠ ਬੋਲਿਆ, ਲੁਕਦਾ ਫਿਰਦਾ। ਕਹਿੰਦਾ 6 ਮਹੀਨੇ ਰੁਲਣ ਤੋਂ ਬਾਅਦ ਇੱਕ ਦਿਨ ਕੋਈ ਚੰਗਾ ਕਰਮ ਉੱਤੇ ਆਇਆ। ਮੇਰਾ ਇੱਕ ਯਾਰ ਮੈਨੂੰ ਐਤਵਾਰ ਨੂੰ ਬਾਬਾ ਦੀਪ ਸਿੰਘ ਦੇ ਦਰ ਤੇ ਲੈ ਗਿਆ, ਤੇ ਕਹਿੰਦਾ ਹਰ ਐਤਵਾਰ ਔਖਾ ਹੋ ਸੌਖਾ ਹੋ ਟਿਕਟ ਮੈਂ ਕਰਾ ਕੇ ਦਿਆਂਗਾ, ਇੱਥੇ ਆ ਕੇ 6 ਘੰਟੇ ਭਗਤੀ ਕਰਿਆ ਕਰ, ਸੇਵਾ ਸਿਮਰਨ ਕਰਿਆ ਕਰ, ਤੇ ਅਰਦਾਸ ਕਰਿਆ ਕਰ, ਬਾਬਾ ਦੀਪ ਸਿੰਘ ਜੀ ਕਰਮਾਂ ਕਰਕੇ ਗਰੀਬੀ ਆ ਗਈ ਹੈ, ਅੱਜ ਵਾਅਦਾ ਕਰਦੇ ਹਾਂ, ਵਾਅਦਾ ਕਰਦੇ ਹਾਂ ਬਾਬਾ ਜੀ ਰੋਟੀ 2 ਵੇਲੇ ਦੀ ਸੌਖੀ ਕਰ ਦਿਓ, ਐਸ਼ ਪ੍ਰਸਤੀ ਵਾਲਾ ਜੀਵਨ ਨਹੀਂ ਜੀਆਂਗੇ। ਕਹਿੰਦਾ ਅੱਜ 2020 ਸ਼ੁਰੂ ਹੋ ਗਿਆ, ਉਸ ਬਾਬਾ ਦੀਪ ਸਿੰਘ ਦੀ ਕਿਰਪਾ ਨਾਲ 2012 ਤੋਂ ਬਾਅਦ ਐਸੀ ਫਿਰਕਰੀ ਬਾਬਾ ਜੀ ਨੇ ਘੁਮਾਈ, ਅੱਜ ਦਿੱਲੀ ਸ਼ਹਿਰ ਦੇ ਅੰਦਰ ਸਦਰ ਬਾਜ਼ਾਰ, ਪੀਤਮਪੁਰਾ, ਰੋਹਿਣੀ, ਐਵੇਂ 7 ਜਗ੍ਹਾ ਦੇ ਉਹਨਾਂ ਦੇ ਆਊਟਲੈਟ ਖੁੱਲੇ ਹੋਏ ਨੇ ਜੀ। ਆਖੋ ਸਾਦਰਾ ਸਾਡੀ ਗੱਲ ਕਿੱਥੇ ਚੱਲ ਰਹੀ ਸੀ ਜੀ? ਉਹਨਾਂ ਨੂੰ ਸਭ ਜਗਤ ਕਰੇ ਨਮਸਕਾਰ। ਜਦੋਂ ਐਤਵਾਰ ਨੂੰ ਕਦੀ ਇਹ ਲਾਈਨ ਦੇ ਦਰਸ਼ਨ ਕਰਨੇ ਹੋਣਗੇ ਨਾ, ਮੱਥਾ ਟੇਕਣ ਵਾਲੀ ਜਦੋਂ ਦੇਖੋਗੇ ਨਾ ਲਾਈਨ, ਜਦੋਂ ਬਾਂਸ ਚੁੱਕਦੇ ਨੇ, ਜਦੋਂ ਬਾਂਸ ਚੁੱਕਦੇ ਨੇ, 300-400 ਸਰੀਰ ਅੰਦਰ ਆਉਂਦਾ, ਉਹ ਸਾਰੇ ਸਰੀਰ ਸਿੱਖ ਨਹੀਂ ਹੁੰਦੇ, ਉਹਨਾਂ 'ਚ ਹਿੰਦੂ ਵੀਰ ਵੀ ਹੁੰਦੇ ਨੇ, ਹੋਰ ਕੌਮਾਂ ਵਾਲੇ ਵੀ ਹੁੰਦੇ ਨੇ। ਤੁਹਾਨੂੰ ਇਹਨਾਂ ਪੰਗਤੀਆਂ ਦੇ ਉੱਥੇ ਪ੍ਰਤੱਖ ਦਰਸ਼ਨ ਹੋਣਗੇ। ਪੜਿਓ ਜੀ ਇੱਕ ਵਾਰੀ, ਉਹਨਾਂ ਨੂੰ ਸਭ ਜਗ ਤੇ ਕਰੇ ਨਮਸਕਾਰ, ਉਹਨਾਂ ਸਭ ਜਗ ਤੇ ਕਰੇ। ਪੜਿਓ ਆਪੇ ਸੇਵਾ ਲਾਇਆ ਨੇ, ਆਪੇ ਬਖਸ਼ ਕਰੇ, ਆਪੇ ਸੇਵਾ ਲਾਇਆ ਨੇ, ਆਪੇ ਬਖਸ਼ ਕਰੇ, ਸਭ ਨਾ ਕਾ ਮਾ ਪਿਓ ਬਾਬਾ ਜੀ, ਸਭ ਨਾ ਕਾ ਮਾ ਪਿਓ ਸਾਰ ਕਰੇ, ਉਹਨਾਂ ਨੂੰ ਸਭ ਜਗ ਤੇ ਕਰੇ ਨਮਸਕਾਰ, ਉਹਨਾਂ ਨੂੰ ਸਭ ਜਗ ਤੇ ਕਰੇ ਨਮਸਕਾਰ। ਬੋਲੋ ਸੰਗਤ, ਉਹਨਾਂ ਨੂੰ ਸਭ ਫਿਰ ਮੇਰੇ ਲਾਲਨ ਕੀ ਸੋਭਾ, ਸਤ ਨਵ ਤਨ ਮਨ ਰੰਗੀ ਸੋਭਾ, ਕੋਈ ਨਾ ਮੇਟਨ ਹਰਾਇਓ ਨਾ ਦੀ ਸੋਭਾ, ਜੁਗ ਜੁਗ ਹੋਈ ਕੋਈ ਨਾ ਮੇਟਨ ਹਰਾਇਓ ਨਾ ਦੀ ਸੋਭਾ, ਜੁਗ ਜੁਗ ਹੋਈ ਸੋਭਾ, ਜੁਗ ਜੁਗ ਹੋਈ ਉਹਨਾਂ ਦੀ ਸੋਭਾ, ਜੁਗ ਜੁਗ ਹੋਈ ਸੋਭਾ, ਜੁਗ ਜੁਗ ਹੋਈ ਉਹਨਾਂ ਦੀ ਸੋਭਾ, ਜੁਗ ਜੁਗ ਹੋਈ ਕੋਈ ਨਾ ਮੇਟਨ ਹਾਰਾਇਓ ਨਾ ਦੀ ਸੋਭਾ, ਜੁਗ ਜੁਗ ਹੋਈ ਕੋਈ ਨਾ ਮੇਟਨ ਹਾਰਾਇਓ ਨਾ ਦੀ ਸੋਭਾ।
ਬਾਬਾ ਜੁਗ ਜੁਗ ਹੋ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਬੋਲੋ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਸਾਹਰ ਕੀ ਵਡਿਆਈ ਸਾਹਰ ਕੀ ਵਡਿਆਈ ਹੋਏ ਸਾਹਰ ਕੀ ਬੋਲੋ ਸਾਰੇ ਸਾਹਰ ਕੀ ਹਾਂ ਸਾ ਕਿਸੇ ਦੇ ਮਨ ਚ ਆ ਜਾਏ ਕਿਸੇ ਦੇ ਮਨ ਚ ਆ ਜਾਏ ਓਏ ਉਸਤ ਗੁਰੂ ਦੀ ਕਰਨੀ ਚਾਹੀਦੀ ਹੈ ਬਾਬਾ ਜੀ ਨੂੰ ਧੰਨ ਕਹੀ ਜਾਂਦੇ ਨੇ ਬਾਣੀ ਚੋਂ ਪ੍ਰਮਾਣ ਲੈ ਲਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਆ ਜੋ ਹਰ ਦਸਨ ਕੀ ਉਸਤਤ ਹੈ ਬੋਲੋ ਜੋ ਹਰ ਦਸਨ ਕੀ ਉਸਤਤ ਬੋਲੋ ਸਾਰੇ ਜੋ ਹਰ ਦਸਨ ਕੀ ਉਸਤਤ ਹੈ ਜੋ ਹਰੀ ਦੇ ਦਾਸ ਦੀ ਉਸਤਤ ਹੈ ਸਾਹਰ ਕੀ ਵਡਿਆਈ ਸਾਹਰ ਕੀ ਵਡਿਆਈ ਓ ਸਾਹਰ ਕੀ ਵਡਿਆਈ ਆਪਣੀ ਵਡਿਆਈ ਭਾਵ ਦੀ ਜਨ ਕਾ ਜੈਕਾਰ ਕਰਾਈ ਹਰ ਆਪਣੀ ਵਡਿਆਈ ਭਾਵ ਦੀ ਜਨ ਕਾ ਜੈਕਾਰ ਹਰੀ ਖੁਸ਼ ਹੁੰਦਾ ਹੈ ਪਿਓ ਖੁਸ਼ ਹੁੰਦਾ ਹੈ ਗੁਰੂ ਗੋਬਿੰਦ ਸਿੰਘ ਜੀ ਖੁਸ਼ ਹੁੰਦੇ ਨੇ ਜਦੋਂ ਵੇਖਦੇ ਨੇ ਸੰਗਤਾਂ ਬਾਬਾ ਜੀ ਨੂੰ ਧੰਨ ਕਹਿ ਰਹੀਆਂ ਨੇ ਸਾਹਰ ਕੀ ਵਡਿਆਈ ਸਾਹਰ ਕੀ ਵਡਿਆਈ ਆਪਣੇ ਮਨ ਨੂੰ ਕਹੋ ਮਨਾ ਸਾਹਰ ਕੀ ਵਡਿਆਈ ਬਾਬਾ ਜੀ ਨੂੰ ਧੰਨ ਕਹਿ ਰਿਹਾ ਗੁਰੂ ਗੋਬਿੰਦ ਸਿੰਘ ਨੂੰ ਧੰਨ ਕਹਿੰਦੇ ਬਰਾਬਰ ਹੈ ਜੀ ਕੋਈ ਨਾ ਮੇਟਨ ਹਰਾਏ ਉਹਨਾਂ ਦੀ ਸੋਭਾ ਜੁਗ ਜੁਗ ਹੋਈ ਕੋਈ ਨਾ ਮੇਟਨ ਹਰਾਏ ਉਹਨਾਂ ਦੀ ਸੋਭਾ ਜੁਗ ਜੁਗ ਹੋਈ 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 ਧੰਨ ਹੈ ਧੰਨ ਹੈ ਧੰਨ ਹੈ ਬਾਬਾ ਦੀਪ ਸਿੰਘ ਜੀ ਧੰਨ ਹੈ ਧੰਨ ਸਾਰੀ ਸੰਗਤ ਧੰਨ ਹੈ ਹਾਂਜੀ ਧੰਨ ਹੈ ਧੰਨ ਹੈ ਧੰਨ ਹੈ ਬਾਬਾ ਦੀਪ ਸਿੰਘ ਜੀ ਧੰਨ ਹੈ ਬੋਲੋ ਬਾਬਾ ਦੀਪ ਸਿੰਘ ਜੀ ਸੰਗਤ ਬੋਲੇ ਸਿੰਘ ਜੀ ਧੰਨ ਹੈ ਬਾਬਾ ਓ ਬਾਬਾ ਦੀ ਕੋਈ ਨਾ ਬੇਟਨ ਹਰਾਇਓ ਨਾ ਦੀ ਸੋਭਾ ਜੁਗ ਜੁਗ ਹੋਈ ਕੋਈ ਨਾ ਬੇਟਨ ਹਰਾਇਓ ਨਾ ਬੋਲੋ ਜੀ ਕੋਈ ਨਾ ਮੇਟਨ ਹਾਰਾਇਓ ਨਾਨੀ ਸ਼ੋਭਾ ਜੁਗ ਜੁਗ ਹੋ ਸਾਰੇ ਕੋਈ ਨਾ ਮੇਟਨ ਹਾਰਾਓ ਨਾਨੀ ਸ਼ੋਭਾ ਜੁਗ ਜੁਗ ਹੋਈ ਸੋਭਾ ਦੇ ਦਰਸ਼ਨ ਕਰਨੇ ਆਉਣ ਨਾ
ਬਾਬਾ ਜੀ ਨੇ ਗੁਰੂ ਗੋਬਿੰਦ ਸਿੰਘ ਨੂੰ ਇੰਨਾ ਰਜਾਇਆ ਇੰਨਾ ਰਜਾਇਆ, ਕਦੀ ਬਾਬਾ ਜੀ ਦੀ ਸੋਭਾ ਦੇ ਦਰਸ਼ਨ ਕਰਨੇ ਹੋਣ ਨਾ, ਇੱਕ ਤੇ ਉਹ ਅਸਥਾਨ ਨੇ ਨਾ ਜਿੱਥੇ ਬਾਬਾ ਜੀ ਦੇ ਚਰਨ ਸਰੀਰ ਕਰਕੇ ਪਏ, ਦਰਬਾਰ ਸਾਹਿਬ ਜਿਹੜਾ ਬਾਬਾ ਜੀ ਦਾ ਸਥਾਨ ਹੈ ਬੂੰਗਾ, ਜਿੱਥੇ ਬਾਬਾ ਜੀ ਨੇ ਸੀਸ ਭੇਟਾ ਕੀਤਾ, ਬਾਬਾ ਜੀ ਦੇ ਚਰਨ ਪਏ। ਸ਼ਹੀਦਗੰਜ ਸਾਹਿਬ ਜਿਹਨੂੰ ਕਹਿੰਦੇ ਆ ਨਾ ਸ਼ਹੀਦਾਂ ਸਾਹਿਬ, ਉੱਥੇ ਬਾਬਾ ਜੀ ਦੇ ਸਰੀਰ ਦਾ ਸੰਸਕਾਰ ਹੋਇਆ, ਜਿੱਥੇ ਪ੍ਰਕਾਸ਼ ਸਥਾਨ ਹੈ ਨਾ ਗੋਲਕ ਧਾਰਾ ਜਿਹੜਾ, ਉੱਥੇ ਬਾਬਾ ਜੀ ਦੀ ਚਿਖਾ ਚ ਬਣਾਈ ਸੀਗੀ ਸਿੰਘ, ਬਾਬਾ ਜੀ ਦੇ ਚਰਨ ਪਏ। ਤੁਹਾਡੇ ਜੋ ਕਈ ਸ਼ਾਇਦ ਦਰਸ਼ਨ ਕਰਨ ਗਏ ਹੋਣ, ਜੇ ਨਹੀਂ ਗਏ ਤੇ ਹੁਣ ਜਦ ਵੀ ਅੰਮ੍ਰਿਤਸਰ ਜਾਓ ਨਾ ਤੇ ਜ਼ਰੂਰ ਜਾਇਓ। ਸ਼ਹੀਦਾਂ ਸਾਹਿਬ ਤੋਂ ਤਰਨ ਤਾਰਨ ਰੋਡ ਜਿਹੜੀ ਸੜਕ ਜਾ ਰਹੀ ਨਾ, ਤੁਹਾਡਾ ਭਲਾਈ ਕੇਂਦਰ ਵੀ ਰਸਤੇ ਜਾਂਦਾ, ਭਲਾਈ ਕੇਂਦਰ ਤੋਂ 2-2.5 ਕਿਲੋਮੀਟਰ ਅੱਗੇ ਸੱਜੇ ਆਦੂ ਅਸਥਾਨ ਆਏਗਾ ਗੁਰਦੁਆਰਾ ਟਾਲਾ ਸਾਹਿਬ, ਉਹ ਅਸਥਾਨ ਹੈ ਜਿੱਥੇ ਬਾਬਾ ਜੀ ਦਾ ਆਮਣਾ ਸਾਹਮਣਾ ਹੋਇਆ, ਜਮਾਲ ਖਾਨ ਨਾਲ ਦੋਨੋਂ ਯੋਧਿਆਂ ਨੇ ਇੱਕ ਦੂਜੇ ਦੇ ਸਾਂਝੇ ਵਾਰ ਕੀਤੇ, ਬਾਬਾ ਜੀ ਦੇ ਵਾਰ ਨਾਲ ਉਸ ਜਮਾਲ ਖਾਨ ਦਾ ਸੀਸ ਕੱਟ ਕੇ ਧਰਤੀ ਤੇ ਡਿੱਗ ਗਿਆ ਤੇ ਉਹਦੇ ਵਾਰ ਨਾਲ ਬਾਬਾ ਜੀ ਦਾ ਸੀਸ ਕੱਟਿਆ ਗਿਆ, ਉਹਦਾ ਸੀਸ ਕੱਟਣ ਤੋਂ ਬਾਅਦ ਤੇ ਉੱਥੇ ਹੀ ਢੇਰੀ ਹੋ ਗਿਆ। ਪਰ ਜਿਹਦੇ ਗੁਣ ਤੁਸੀਂ ਗਾ ਰਹੇ ਹੋ, ਸ਼ਹੀਦ ਹੋਣ ਤੋਂ ਬਾਅਦ ਵੀ ਖੱਬੀ ਤਲੀ ਦੇ ਸੀਸ ਟਿਕਾ ਕੇ ਤੇ ਸੱਜੇ ਹੱਥ ਨਾਲ ਖੰਡਾ ਬੰਦਾ ਚੜਦਾ ਹੀ ਗਿਆ, ਉਹ ਸਥਾਨ ਹੈ ਗੁਰਦੁਆਰਾ ਟਾਲਾ ਸਾਹਿਬ। ਥੋੜਾ ਉਸ ਤੋਂ ਹੋਰ 1.5-2 ਕਿਲੋਮੀਟਰ ਅੱਗੇ ਜਾਓਗੇ ਤੇ ਗੁਰਦੁਆਰਾ ਆਏਗਾ, ਗੁਰਦੁਆਰਾ ਲਲਕਾਰ ਸਾਹਿਬ, ਜਿੱਥੇ ਬਾਬਾ ਜੀ ਨੇ ਅਬਦਾਲੀ ਦੀਆਂ ਫੌਜਾਂ ਨੂੰ ਲਲਕਾਰ ਮਾਰੀ, ਓਏ ਗੁਰੂ ਰਾਮਦਾਸ ਦੇ ਦਰ ਦੀ ਬੇਪਤੀ ਕਰਨ ਵਾਲੇ ਉਹ ਭੱਜ ਜਾਓ, ਭੱਜ ਜਾਓ ਜੇ ਬਚਣਾ ਜੇ ਤੇ ਖਾਲਸਾ ਆ ਗਿਆ। ਲਲਕਾਰ ਉਹ ਗੁਰਦੁਆਰੇ ਦਾ ਨਾਂ ਹੈ ਗੁਰਦੁਆਰਾ ਲਲਕਾਰ ਸਾਹਿਬ, ਧਿਆਨ ਰੱਖਿਓ। ਆਪਾਂ ਸ਼ੁਰੂ ਹੋਏ ਹਾਂ ਦਰਬਾਰ ਸਾਹਿਬ ਤੋਂ, ਸ਼ਹੀਦਾਂ ਸਾਹਿਬ, ਟਾਲਾ ਸਾਹਿਬ, ਫਿਰ ਲਲਕਾਰ ਸਾਹਿਬ। ਲਲਕਾਰ ਸਾਹਿਬ ਤੋਂ ਹੋਰ 2 ਕਿਲੋਮੀਟਰ ਪਰੇ ਚਲੇ ਜਾਓ, ਇਹਨਾਂ ਦਾ ਇੱਕ ਗੁਰਦੁਆਰਾ ਆਉਂਦਾ ਗੁਰਦੁਆਰਾ ਲਕੀਰ ਸਾਹਿਬ। ਉੱਥੇ ਕੀ ਹੋਇਆ ਜੀ, ਉੱਥੇ ਬਾਬਾ ਦੀਪ ਸਿੰਘ ਨੇ ਆਪਣੇ 18 ਸੇਰ ਦੇ ਖੰਡੇ ਨਾਲ ਧਰਤੀ ਤੇ ਲੀਹ ਮਾਰੀ, ਲੀਹ। ਬਾਬਾ ਜੀ ਕਹਿੰਦੇ ਚੈੱਕ ਕਰ ਲਈਏ ਜਿਹੜੇ ਪਿੱਛੇ ਆ ਰਹੇ ਨੇ, ਕਿੱਥੇ ਕੋਈ ਨੱਸਣ ਵਾਲਾ ਤੇ ਨਹੀਂ ਹੈਗਾ। ਬਾਬਾ ਜੀ ਨੇ ਮੂੰਹੋਂ ਬਚਨ ਕਰਤਾ ਕਿ ਲਕੀਰ ਉਹੀਓ ਟੱਪੇ ਜਿਹਨੇ ਗੁਰੂ ਰਾਮਦਾਸ ਦੇ ਦਰ ਤੇ ਜਾ ਕੇ ਸ਼ਹੀਦੀਆਂ ਪਾਣੀਆਂ, ਲਕੀਰ ਉਹੀਓ ਟੱਪੇ ਜਿਹਨੇ ਮੌਤ ਵਜਾਣੀ ਹੈ। ਤੇ ਇਤਿਹਾਸ ਲਿਖਦਾ ਬਾਬਾ ਜੀ ਜਦੋਂ ਦਮਦਮਾ ਸਾਹਿਬ ਤੋਂ ਤੁਰੇ ਸੀ ਤੇ 8 ਸਰੀਰ ਨਾਲ ਸਨ, ਜਦੋਂ ਲਕੀਰ ਸਾਹਿਬ ਲਕੀਰ ਬਾਈ 5000 ਸਿੰਘ ਬਾਬਾ ਜੀ ਦੇ ਨਾਲ ਸੀ, ਜਦੋਂ ਬਾਬਾ ਜੀ ਨੇ ਆਵਾਜ਼ ਦਿੱਤੀ ਨਾ ਕਿ ਲਕੀਰ ਉਹੀਓ ਟੱਪੇ ਜਿਹਨੇ ਮੌਤ ਵਜਾਣੀ ਹੈ, ਇਤਿਹਾਸ ਕਹਿੰਦਾ 5000 ਦੇ 5000 ਹੀ ਲਕੀਰ ਟੱਪ ਗਏ। ਸਾਡੇ ਬਾਬਾ ਜੀ ਦੀ ਵਡਿਆਈਆਂ। ਹੁਣ ਇਹ ਤੇ ਉਹ ਸਥਾਨ ਦਾਸ ਨੇ ਗਿਣਾਏ ਨੇ ਜਿੱਥੇ ਬਾਬਾ ਜੀ ਦੇ ਚਰਨ ਪਏ ਨੇ। ਕਦੀ ਇਹਨਾਂ ਸਥਾਨਾਂ ਦੇ ਐਤਵਾਰ ਵਾਲੇ ਦਿਨ ਚਲੇ ਜਾਓ, ਸਾਰਿਆਂ ਸਥਾਨਾਂ ਤੇ ਐਤਵਾਰ ਨੂੰ ਠੀਕ 12 ਵਜੇ ਸੁਖਮਨੀ ਸਾਹਿਬ ਦੇ ਪਾਠ ਆਰੰਭ ਹੁੰਦੇ ਜੇ, ਤੇ 12 ਵਜੇ ਜਦੋਂ ਸੁਖਮਨੀ ਸਾਹਿਬ ਦਾ ਪਾਠ ਭਾਵੇਂ ਸ਼ਹੀਦਾਂ ਸਾਹਿਬ ਆਰੰਭ ਹੁੰਦਾ ਤੇ ਭਾਵੇਂ ਟਾਲਾ ਸਾਹਿਬ ਆਰੰਭ ਹੁੰਦਾ। ਟਾਲਾ ਸਾਹਿਬ ਦਾ ਦਰਬਾਰ ਸਾਹਿਬ ਪਤਾ ਕਿੱਡਾ ਵੱਡਾ ਜੇ, ਜਿੱਥੇ ਮਹਾਰਾਜ ਜੀ ਦਾ ਪ੍ਰਕਾਸ਼ ਹੁੰਦਾ, ਜਿੰਨਾ ਵੱਡਾ ਸਾਡਾ ਬੰਗਲਾ ਸਾਹਿਬ ਦਾ ਹਾਲ ਹੈ ਨਾ, ਇਸ ਤੋਂ ਮੇਰੇ ਖਿਆਲ ਸਮਝ ਲਓ 4 ਗੁਣਾ ਵੱਡਾ ਹਾਲ ਹੈ। ਪਰ ਐਤਵਾਰ ਨੂੰ ਬਾਬਾ ਜੀ ਦੀ ਸੋਭਾ ਦੇ ਦਰਸ਼ਨ ਕਰਨ ਕਦੀ ਜਾਇਓ, ਜਦੋਂ 12 ਵਜੇ ਰੁਕਮਨੀ ਸਾਹਿਬ ਦਾ ਪਾਠ ਆਰੰਭ ਹੁੰਦਾ, ਤਿਲ ਸੁੱਟਣ ਜਿੰਨੀ ਥਾਂ ਨਹੀਂ ਹੁੰਦੀ, ਇਹਨਾਂ ਪੰਗਤੀਆਂ ਦੇ ਤੁਹਾਨੂੰ ਪ੍ਰਤੱਖ ਦਰਸ਼ਨ ਹੋਣਗੇ। ਕੋਈ ਨਾ ਮੇਟਨ ਹਾਰ ਦੀ ਸੋਭਾ ਜੁਗ ਜੁਗ ਹੋਏ, ਬੋਲੋ ਸਾਰੇ, ਕੋਈ ਨਾ। ਕਦੀ ਉੱਥੇ ਜਾ ਕੇ ਕਦੀ ਚੈੱਕ ਕਰਨਾ ਹੋਵੇ ਨਾ ਕਿ ਬਈ ਜੋ ਰਾਗੀ ਸਿੰਘ ਬੋਲ ਰਹੇ ਆ ਸੱਚ ਹੈ, ਕਦੀ ਦਲੀਜ ਤੇ ਖੜੇ ਹੋ ਕੇ ਜਿੰਨੇ ਅੰਦਰ ਬਾਬਾ ਜੀ ਦੇ ਦਰ ਤੇ ਨਮਸਕਾਰ ਕਰਨ ਜਾਣਨਾ, ਬਾਂਹ ਫੜ ਕੇ ਬਸ ਇੰਨਾ ਹੀ ਪੁੱਛ ਲੈਣਾ, ਦੱਸ ਤੈਨੂੰ ਇੱਥੋਂ ਕਿਹੜੀ ਦਾਤ ਮਿਲੀ ਹੈ। ਬਾਬਾ ਜੀ ਦੀ ਮਿਹਰ ਨਾਲ ਕਹਿਣਾ ਵਾ, ਬਾਬਾ ਜੀ ਦੀ ਕਿਰਪਾ ਨਾਲ ਰੋਜ਼ ਦੀਆਂ ਕਈ ਕਿਤਾਬਾਂ ਭਰ ਜਾਣਗੀਆਂ। ਅਸੀਂ ਬਾਬਾ ਜੀ ਦੇ ਕੂਕਰ ਹਾਂ। ਮੈਂ ਤੁਹਾਨੂੰ, ਮੇਰਾ ਮਨ ਹੈ, ਮੈਂ ਇੱਕ ਹੁਣ ਦੀ ਹੱਡ ਬੀਤੀ ਤੁਹਾਨੂੰ ਸੁਣਾਵਾਂ, ਫਿਰ ਸਮਾਪਤੀ ਕਰ ਰਹੇ ਹਾਂ। 2-3 ਮਿੰਟ 'ਚ ਸਮਾਂ ਹੋ ਗਿਆ, ਭਾਈ ਸਾਹਿਬ ਜੀ ਆਉਣ ਵਾਲੇ ਹੋਣਗੇ। ਆਪਣੀ ਗੱਲ ਹਜੇ ਇਹ ਚੱਲ ਰਹੀ ਕਿ ਇਹ ਅਸਥਾਨ ਦਾਸ ਨੇ ਉਹ ਗਿਣਾਏ ਨੇ ਜਿੱਥੇ ਬਾਬਾ ਜੀ ਦੇ ਚਰਨ ਪਏ ਨੇ। ਦਮਦਮਾ ਸਾਹਿਬ, ਭੋਰਾ ਸਾਹਿਬ ਬਣਿਆ ਬਾਬਾ ਜੀ ਦਾ, ਬਾਬਾ ਜੀ ਦੇ ਚਰਨ ਪਏ ਨੇ।
ਹੁਣ ਉੱਥੇ ਤੇ ਬਖਸ਼ੀਸ਼ ਵਰਤਨੀ ਹੀ ਵਰਤਨੀ ਹੈ, ਬਾਬਾ ਜੀ ਦੀਆਂ ਕਮਾਈਆਂ। ਗੁਰਮੁਖ ਰੋਮ ਰੋਮ ਹਰ ਧਿਆਵੇ ਵਾਲੀ ਅਵਸਥਾ ਦੇ ਪਹੁੰਚੇ ਸੀ ਸਾਡੇ ਬਾਬਾ ਜੀ, ਜਿੱਥੇ ਸਰੀਰ ਕਰਕੇ ਚਰਨ ਪਏ ਉੱਥੇ ਤੇ ਬਖਸ਼ੀਸ਼ ਵਰਤਦੀ ਹੈ। ਕਦੀ ਬਾਬਾ ਜੀ ਦੀ ਸੋਭਾ ਦੇ ਦਰਸ਼ਨ ਕਰਨੇ ਹੋਣ ਨਾ, ਮੈਂ ਗੁਰੂ ਦੀ ਕਿਰਪਾ ਨਾਲ ਤੁਹਾਨੂੰ ਉਹ ਸਥਾਨ ਦੱਸਣ ਲੱਗਾ ਜਿੱਥੇ ਬਾਬਾ ਜੀ ਦੇ ਚਰਨ ਸਰੀਰ ਕਰਕੇ ਨਹੀਂ ਪਏ। ਗੁਰਦੁਆਰੇ ਦਾ ਨਾਂ ਬਾਬਾ ਜੀ ਦੇ ਨਾਮ ਦੇ ਨਾਲ ਜੁੜਿਆ ਹੋਇਆ, ਚਲਾਣ ਵਾਲੀ ਕਮੇਟੀ ਪਿਆਰ ਵਾਲੀ ਹੈ। ਤੇ ਮੈਂ ਤੁਹਾਨੂੰ ਕੀ ਦੱਸਾਂ ਸਾਧ ਸੰਗਤ ਜੀ, ਭਾਈ ਪਿੰਦਰਪਾਲ ਸਿੰਘ ਜੀ ਦੇ ਬਚਨ ਨੇ, ਕਹਿੰਦੇ ਕੋਈ ਗੁਰੂ ਅਸਥਾਨ ਬਾਬਾ ਦੀਪ ਸਿੰਘ ਦੇ ਨਾਂ ਤੇ ਹੀ ਹੈਗਾ ਨਾ, ਚਲਾਣ ਵਾਲੀ ਕਮੇਟੀ ਪਿਆਰ ਵਾਲੀ ਹੈ। ਜਿੱਥੇ ਬਾਬਾ ਜੀ ਦੇ ਚਰਨ ਪਏ ਨੇ ਉੱਥੇ ਤੇ ਸੰਗਤਾਂ ਦੀਆਂ ਝੋਲੀਆਂ ਭਰਨੀਆਂ ਹੀ ਭਰਨੀਆਂ। ਜਿੱਥੇ ਨਾਂ ਵੀ ਬਾਬਾ ਜੀ ਦਾ ਆ ਗਿਆ ਨਾ, ਗੁਰੂ ਰਾਮਦਾਸ ਜੀ ਵੱਲੋਂ ਅਣਡਿੱਠੀ ਸ਼ਕਤੀਆਂ ਭੇਜ ਦਿੱਤੀਆਂ ਜਾਂਦੀਆਂ ਨੇ, ਜਾਓ ਸੰਗਤਾਂ ਦੀਆਂ ਝੋਲੀਆਂ ਭਰੋ, ਬਾਬਾ ਜੀ ਦੇ ਨਾਲ ਉਂਗਲਣਾ ਹੋ ਜਾਏ। ਬਾਬਾ ਜੀ ਐਡੇ ਵੱਡੇ, ਮੈਂ ਪੰਜ ਗੁਰਦੁਆਰੇ ਜਿਹੜੇ ਮੈਂ ਦੇਖੇ ਮੈਂ ਤੁਹਾਨੂੰ ਦੱਸ ਰਿਹਾ, ਬਾਬਾ ਜੀ ਦੇ ਚਰਨ ਨਹੀਂ ਪਏ। ਚਲਾਣ ਵਾਲੀ ਕਮੇਟੀ ਮਰਿਆਦਾ ਵਾਲੀ ਹੈ, ਪਿਆਰ ਵਾਲੀ ਹੈ, ਤੇ ਅਸਥਾਨ ਬਾਬਾ ਜੀ ਦੇ ਨਾਂ ਤੇ ਹੈ। ਕਦੀ ਜਾ ਕੇ ਦੀਦਾਰੇ ਕਰਿਓ, ਤਿਲ ਸੁੱਟਣ ਜਿਹੜੀ ਥਾਂ ਤੁਹਾਨੂੰ ਗੁਰਪੁਰਬ ਵਾਲੇ ਦਿਨ ਨਹੀਂ ਮਿਲੇਗੀ। ਉੱਥੇ ਜਾ ਕੇ ਪੁੱਛੋ ਬਈ ਤੁਹਾਡੇ ਸ਼ਹਿਰ ਵਿੱਚ ਹੋਰ ਵੀ ਗੁਰਦੁਆਰੇ ਆ, ਇੱਥੇ ਹੀ ਕਿਉਂ? ਕਹਿੰਦੇ ਇੱਥੇ ਤੁਹਾਡੀ ਝੋਲੀ ਜਲਦੀ ਭਰੀ ਜਾਂਦੀ, ਵਿਚੋਲਾ ਬਾਬਾ ਦੀਪ ਸਿੰਘ ਬਣ ਕੇ ਬਹਿ ਜਾਂਦਾ। ਇਹ ਗਿਆਨੀ ਪਿੰਦਰਪਾਲ ਸਿੰਘ ਜੀ, 26 ਜਨਵਰੀ ਬਾਬਾ ਜੀ ਦੇ ਅਸਥਾਨ ਤੇ ਕਥਾ ਸੀ ਉਹਨਾਂ ਦੀ, ਪਾਵਨ ਸਾਹਿਬ ਬਾਬਾ ਜੀ ਦਾ ਆਗਮਨ ਸਥਾਨ ਜਿੱਥੇ ਬਾਬਾ ਜੀ ਸਾਡੇ ਵੱਡੇ ਹੋਏ, ਰੇੜੂ ਚਲਾਇਆ। ਉਹਨਾਂ ਨੇ ਬੜੀ ਸੋਹਣੀ ਗੱਲ ਕਹੀ, ਇਹ ਬਚਨ ਉਹਨਾਂ ਨੇ ਸੁਣਾਇਆ। ਕਹਿੰਦੇ ਬਾਬਾ ਦੀਪ ਸਿੰਘ ਨੇ ਗੁਰੂ ਰਾਮਦਾਸ ਦੀ ਇੰਨੀ ਪ੍ਰਸੰਨਤਾ ਲਿੱਤੀ ਹੈ, ਉਹਨਾਂ ਨੇ ਭਾਈ ਰਤਨ ਸਿੰਘ ਜੀ ਭੰਗੂ ਦੀਆਂ ਪੰਕਤੀਆਂ ਸੁਣਾਈਆਂ। ਕਹਿੰਦੇ ਜਦੋਂ ਬਾਬਾ ਜੀ ਦਮਦਮਾ ਸਾਹਿਬ ਤੋਂ ਤੁਰੇ ਤੇ ਬਾਬਾ ਜੀ ਨੇ ਅਰਦਾਸ ਕੀਤੀ, ਗੁਰੂ ਰਾਮਦਾਸ ਜੀ ਕੋਈ ਤੇਰੇ ਦਰ ਤੇ ਬਸਤਰ ਚੜਾਉਂਦਾ, ਕੋਈ ਲੰਗਰ ਚੜਾਉਂਦਾ, ਕੋਈ ਕੜਾਹ ਪ੍ਰਸ਼ਾਦ ਦੀ ਦੇਗ ਚੜਾਉਂਦਾ, ਮੇਰੇ ਕੋਲ ਇਸ ਵੇਲੇ ਇਹਨਾਂ ਚੋਂ ਕੁਛ ਵੀ ਨਹੀਂ, ਗੁਰੂ ਰਾਮਦਾਸ ਮੈਂ ਆਪਣਾ ਸੀਸ ਲੈ ਕੇ ਆਉਣ ਲੱਗਾ, ਇਹ ਭੇਟਾ ਪ੍ਰਵਾਨ ਕਰ ਲਈ। ਕਹਿੰਦੇ ਜਦੋਂ ਜਾ ਕੇ ਸੀਸ ਭੇਟਾ ਕੀਤਾ, ਕਹਿੰਦੇ ਸੀਸ ਭੇਟਾ ਕੀਤਾ, ਗੁਰੂ ਰਾਮਦਾਸ ਜੀ ਨੇ ਨਦਰ ਦੇ ਖਾਤੇ ਖੋਲਤੇ। ਕਹਿੰਦੇ ਅੱਜ ਜੇ ਕੋਈ ਅਸਥਾਨ ਵੀ ਬਾਬਾ ਜੀ ਦੇ ਨਾਂ ਦੇ ਨਾਲ ਵੱਜਦਾ ਨਾ, ਗੁਰੂ ਰਾਮਦਾਸ ਦੀਆਂ ਗੁਪਤ ਸ਼ਕਤੀਆਂ ਉੱਥੇ ਵੀ ਉਂਝੀ ਵਰਤਦੀਆਂ ਜਿਵੇਂ ਸ਼ਹੀਦਾਂ ਸਾਹਿਬ ਵਰਤਦੀਆਂ ਨੇ। ਕਹਿੰਦੇ ਉੱਥੇ ਵੱਧ ਵਰਤਦੀਆਂ, ਕਿਉਂ? ਕਹਿੰਦੇ ਜਿੱਥੇ ਬਾਬਾ ਜੀ ਦੇ ਚਰਨ ਨਹੀਂ ਪਏ ਉੱਥੇ ਗੁਰੂ ਰਾਮਦਾਸ ਦੀਆਂ ਰਹਿਮਤਾਂ ਸ਼ਕਤੀਆਂ ਖੁਸ਼ੀਆਂ ਹੋਰ ਵਧੀਕ ਵਰਤਦੀਆਂ, ਕਿਉਂ? ਕਹਿੰਦੇ ਜੇ ਵੀ ਆਹ ਕਹਿ ਦੇਗਾ ਨਾ ਕਿ ਬਾਬਾ ਦੀਪ ਸਿੰਘ ਦੇ ਦਰ ਤੋਂ ਸਾਡੀ ਝੋਲੀ ਨਹੀਂ ਭਰੀ, ਤੇ ਗੁਰੂ ਰਾਮਦਾਸ ਜੀ ਕਹਿੰਦੇ ਮੇਰਾ ਸਿਰ ਨੀਵਾਂ ਹੋ ਜਾਏਗਾ, ਮੇਰਾ ਸਿਰ ਨੀਵਾਂ ਹੋ ਜਾਏਗਾ। ਉਹ ਇੱਕ ਸਿੱਖ ਜਿਹਨੇ ਸੀਸ ਤਲੀ ਦੇ ਧਰ ਕੇ ਭੇਟਾ ਕਰਤਾ, ਉਹਦੇ ਦਰ ਤੋਂ ਕੋਈ ਖਾਲੀ ਨਾ ਹੋਣੇ। ਕਦੀ ਦਰਸ਼ਨ ਕਰਨੇ ਆਉਣ ਦਿੱਲੀ ਤੋਂ ਕੀਰਤਪੁਰ ਸਾਹਿਬ, ਤੁਸੀਂ ਜਾਓ ਨਾ ਬਾਏ ਰੋਡ ਤੇ, ਰੋਪੜ ਰੋਡ ਤੇ ਸੋਲਖੀਆਂ ਪਿੰਡ ਪੈਂਦਾ ਜੇ, ਬਾਬਾ ਜੀ ਦੇ ਉੱਥੇ ਚਰਨ ਨਹੀਂ ਪਏ। ਅਮਨ ਜੀ ਗੁਰਦੁਆਰਾ ਹੈਗਾ, ਨਿਹੰਗ ਸਿੰਘਾਂ ਕੋਲ ਪ੍ਰਬੰਧ ਹੈ, ਦਾਸ ਦਰਸ਼ਨ ਕਰਕੇ ਆਇਆ ਉੱਥੇ। ਜਦੋਂ ਵੀ ਜਾਓਗੇ ਨਾ ਤੁਹਾਨੂੰ 5 ਪਾਠ, 11 ਅਖੰਡ ਪਾਠ ਸਾਹਿਬ, 21 ਅਖੰਡ ਪਾਠ ਸਾਹਿਬ ਹਮੇਸ਼ਾ ਹੀ ਚੱਲਦੇ ਨਜ਼ਰ ਆਉਣਗੇ। ਟਰੱਕਾਂ ਦੀ ਲਾਈਨ ਲੱਗੀ ਹੁੰਦੀ ਹੈ। ਪਹਿਲੇ ਜਦੋਂ ਦਾਸ ਗਿਆ ਸੀ ਉਦੋਂ ਜਿੰਨਾ ਤੁਹਾਡਾ ਸੱਚਖੰਡ ਸਾਹਿਬ ਹੈ ਨਾ, ਇੰਨਾ ਕੁ ਗੁਰਦੁਆਰਾ ਸੀ। ਅੱਜ ਤੇ ਬੜੀ ਵੱਡੀ ਇਮਾਰਤ ਬਣ ਗਈ ਗੁਰੂ ਦੀ ਕਿਰਪਾ ਨਾਲ, 24 ਘੰਟੇ ਲੰਗਰ ਚੱਲਦਾ ਜੀ। ਮੈਂ ਜਦੋਂ ਉੱਥੇ ਗਿਆ ਸੀ ਨਾ, ਅਸੀਂ ਕੀਰਤਪੁਰ ਸਾਹਿਬ ਜਾਣਾ ਸੀ, ਰਸਤੇ ਦਰਸ਼ਨ ਕਰਕੇ ਗਏ, ਮੈਂ ਪੁੱਛਿਆ, ਮੈਂ ਕਿਹਾ ਜੀ ਇਹ ਇਤਿਹਾਸਿਕ ਗੁਰਦੁਆਰਾ? ਕਹਿੰਦੇ ਨਹੀਂ, ਇੱਥੇ ਜ਼ਿਮੀਂਦਾਰ ਨੇ, ਇੱਥੇ ਜਿਹੜਾ ਜਿਸ ਜ਼ਮੀਨ ਸੀ ਨਾ ਜਿਸ ਜ਼ਿਮੀਂਦਾਰ ਦੀ, ਉਹਦੇ ਫੁਰਨਾ ਬਣਿਆ ਕਿ ਬਾਬਾ ਜੀ ਦੇ ਨਾਂ ਦੇ ਅਸਥਾਨ ਬਣਾਉਣਾ। ਅਸਥਾਨ ਬਣਾਉਣ ਦੀ ਦੇਰ ਸੀ, ਅਸਥਾਨ ਬਣਾਉਣ ਦੀ ਦੇਰ ਸੀ, ਜਿਹੜਾ ਇੱਥੇ ਆ ਕੇ ਅਰਦਾਸ ਕਰਦਾ ਉਹਦੀ ਝੋਲੀਆਂ ਭਰਦੀਆਂ, ਉਹ ਫਿਰ ਆ ਕੇ ਸ਼ੁਕਰਾਨੇ ਜਾਂ ਅਖੰਡ ਪਾਠ ਸਾਹਿਬ ਕਰਾਉਂਦਾ। ਮੇਰੇ ਮਨ ਮਾਣ ਆ ਗਿਆ ਬਾਬਾ ਜੀ ਦੇ ਚਰਨਾਂ 'ਤੇ, ਮੇਰੀ ਅੱਖਾਂ 'ਚ ਅੱਥਰੂ ਆ ਗਏ। ਮੈਂ ਕਿਹਾ ਬਾਬਾ ਜੀ ਤੁਹਾਡੀ ਸੋਭਾ, ਕੌਣ ਕਹਿੰਦਾ ਜਿੱਥੇ ਤੁਸੀਂ ਚਰਨ ਪਾਏ ਉੱਥੇ ਵਰਤ ਰਹੀ? ਆਹ ਸਥਾਨ ਤੁਹਾਡੇ ਨਾਂ 'ਤੇ ਹੈ, ਤੁਹਾਡਾ ਨਾਂ ਲੈ ਕੇ ਗੁਰੂ ਸਾਹਿਬ ਦੇ ਹਜ਼ੂਰ ਸੰਗਤਾਂ ਅਰਦਾਸ ਕਰਦੀਆਂ। ਹੁਣ ਤੁਸੀਂ ਅੰਦਾਜ਼ਾ ਲਾਓ, ਜਿੱਥੇ 5 ਪਾਠ ਰੱਖੇ ਜਾ ਰਹੇ ਆ, ਫਿਰ ਅਗਲੇ ਰੱਖੇ ਜਾ ਰਹੇ, ਫਿਰ ਭੋਗ ਪੈ ਰਹੇ, ਫਿਰ ਅਗਲੇ ਰੱਖੇ ਜਾ ਰਹੇ ਹੈ, ਉੱਥੇ ਕਿੰਨੀ ਮਾਣਤਾ ਹੋਏਗੀ, ਕਿੰਨੀਆਂ ਸੰਗਤਾਂ ਦੀਆਂ ਝੋਲੀਆਂ ਭਰਦੀਆਂ ਹੋਣਗੀਆਂ। ਰੋਪੜ ਰੋਡ 'ਤੇ ਸੋਲਖੀਆਂ ਪਿੰਡ, ਗੁਰਦੁਆਰਾ ਬਾਬਾ ਦੀਪ ਸਿੰਘ।
कभी मौका लगे राजस्थान च इलाका पैंदा जे गंगानगर बहुत आबादी उत्थे साडे सिख भरावां दी कभी जायो गंगानगर च होर भी गुरुद्वारे ने पर सब तो वड्डा गुरुद्वारा हैगा जे गुरुद्वारा ठाठ नानक सर धन धन बाबा दीप सिंह जी आखो सतनाम श्री उत्थे दे प्रधान ने टिम्मा जी मेरा प्यार है उन्हां नाल असीं कदी कीर्तन भी करन गए छोटे हुंदे मैं कहा टिम्मा जी कोई सुनाओ बाबा जी की बख्शीश कहिंदे गुरुद्वारे गंगानगर च होर भी ने मैं कहा इत्थे की खास कला वरतदी है कहिंदे मैं तुहानू उदाहरण दे दिंदा खास तुहानू आप पता चल जाएगा मैं कहा ओ की कहिंदे हर एक गुरुद्वारे दे प्रधान नू चिंता होंदी है कि भाई गोलक किन्नी निकलेगी खर्चे बड़े है कहिंदे साडे इत्थे जदों महीने बारी गोलक खोली जांदी है कहिंदे खर्चियां तो बाद इन्नी गोलक वधदी है कि हर रोज गंगानगर दे सरकारी हस्पताल च 700-800 मरीजां दी रोटी बन के जांदी है बाबा जी दीआं कमाईआं वरतदी कहिंदे हायर स्टडीज जिहड़ा होंदी है ना जिवें आईलैट्स दी तैयारियां होंदियां आईएएस दी तैयारियां होंदियां ਕਹਿੰਦੇ ਸਾਡੇ ਇੱਥੇ ਕੋਈ ਬੱਚਾ ਆ ਜਾਏ ਕਿਸੇ ਧਰਮ ਦਾ ਉਹ ਕਵੇ ਮੈਂ ਪੜ੍ਹਨਾ ਚਾਹੁੰਦਾ ਮੇਰੇ ਕੋਲ ਮਾਇਆ ਨਹੀਂ ਕਹਿੰਦੇ ਬਾਬਾ ਜੀ ਦੇ ਖਜ਼ਾਨੇ ਐਡੇ ਵੱਡੇ ਨੇ ਉਹਨਾਂ ਦੀਆਂ ਫ੍ਰੀ ਆਈਲੈਟਸ ਦੀਆਂ ਪੜ੍ਹਾਈਆਂ ਕਰਾਈ ਜਾ ਰਹੀ ਹੈ ਡਿਸਪੈਂਸਰੀ ਚੱਲ ਰਹੀ ਹੈ ਬਾਬਾ ਜੀ ਦੇ ਚਰਨ ਨਹੀਂ ਹੁੰਦੇ ਨਾਮ ਤੇ ਗੁਰਦੁਆਰਾ ਸੋਭਾ ਜੁਗ ਜੁਗ ਹੋਈ ਹੋਰ ਸੁਣੋਗੇ ਜੀ ਲੁਧਿਆਣੇ ਤੁਸੀਂ ਸਾਰੇ ਜਾ ਸਕਦੇ ਹੋ ਨੇੜੇ ਹੀ ਹੈ ਲੁਧਿਆਣੇ ਮਾਡਲ ਟਾਊਨ ਚੌਂਕ ਦੇ ਵਿਚਕਾਰ ਗੁਰਦੁਆਰਾ ਜੇ ਗੁਰਦੁਆਰੇ ਦਾ ਨਾਂ ਹੈ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਧੰਨ ਧੰਨ ਬਾਬਾ ਦੀਪ ਸਿੰਘ ਜਾ ਕੇ ਐਤਵਾਰ ਕਦੀ ਦਰਸ਼ਨ ਕਰਿਓ ਤੁਹਾਨੂੰ ਏਦਾਂ ਲੱਗੇਗਾ ਜਿਵੇਂ ਅੰਮ੍ਰਿਤਸਰ ਆ ਗਏ ਬਾਬਾ ਜੀ ਦੇ ਚਰਨ ਨਹੀਂ ਪਏ ਗੁਰਦੁਆਰਾ ਬਾਬਾ ਜੀ ਦੇ ਨਾਂ ਤੇ ਹੈ ਤੇ ਗੁਰੂ ਗ੍ਰੰਥ ਸਾਹਿਬ ਝੋਲੀਆਂ ਭਰੀ ਜਾ ਰਹੇ ਹੈ ਭਰੀ ਜਾ ਰਹੇ ਹੈ ਕਿਉਂ ਇੱਕ ਸਿੱਖ ਦਾ ਨਾਮ ਨਾਲ ਜੁੜ ਗਿਆ ਸਿੱਖ ਦੇ ਨਾਂ ਨੂੰ ਲਾਜ ਨਾ ਲੱਗ ਜੇ ਅੱਖ ਸਤਨਾਮ ਸ਼੍ਰੀ ਵਾਹਿਗੁਰੂ ਮੈਂ ਤੁਹਾਨੂੰ ਕੀ ਦੱਸਾਂ ਸ਼ਬਦ ਇੱਕ ਹੋਰ ਪੜ੍ਹਨਾ ਸੀ ਪਰ ਇੱਥੇ ਗੁਰੂ ਨੇ ਸਮਾਂ ਲਵਾ ਦਿੱਤਾ ਮਨ ਚ ਰੱਤੀ ਜਿੰਨਾ ਵੀ ਜੇ ਆ ਹੋਵੇ ਨਾ ਰੱਤੀ ਜਿੰਨਾ ਵੀ ਕਿ ਝੋਲੀ ਤੇ ਗੁਰੂ ਰਾਮਦਾਸ ਜੀ ਭਰਦੇ ਹੈ ਝੋਲੀ ਤੇ ਗੁਰੂ ਗੋਬਿੰਦ ਸਿੰਘ ਜੀ ਭਰਦੇ ਹੈ ਇਹ ਬਾਬਾ ਦੀਪ ਸਿੰਘ ਨੂੰ ਧੰਨ ਕਿਉਂ ਕਹੀ ਜਾ ਰਹੇ ਨੇ ਤੇ ਅੱਜ ਮਨ ਦੀ ਮੈਲ ਇੱਥੋਂ ਧੋ ਕੇ ਜਾਣਾ ਜਿਸ ਗੁਰੂ ਗੋਬਿੰਦ ਸਿੰਘ ਦਾ ਗੁਰਪੁਰਬ ਮਨਾ ਰਹੇ ਹੋ ਉਹ ਗੁਰੂ ਗੋਬਿੰਦ ਸਿੰਘ ਆਪਣੀ ਬਾਣੀ 'ਚ ਦੋਹਰਾ ਲਿਖ ਗਏ ਪਤਾ ਕੀ ਕਹਿੰਦੇ ਹਰ ਜਨ ਦੋਏ ਏਕ ਹੈ ਬਿਬ ਵਿਚਾਰ ਕਿਛ ਨਾਹੀ ਜਲ ਤੇ ਉਪਜੇ ਤਰੰਗ ਜਿਉ ਜਲ ਹੀ ਵਿਖੇ ਸਮਾਈ ਗੱਜ ਕੇ ਕਹਿ ਦਿਓ ਸਤਨਾਮ ਕਹਿੰਦੇ ਜਿਵੇਂ ਸਮੁੰਦਰ ਵਿੱਚ ਲਹਿਰ ਆਉਂਦੀ ਹੈ ਫਿਰ ਲਹਿਰ ਜਲ ਦੇ ਵਿੱਚ ਹੀ ਸਮਾ ਜਾਂਦੀ ਹੈ ਸਮੁੰਦਰ ਤੇ ਲਹਿਰ 'ਚ ਕੋਈ ਫਰਕ ਨਹੀਂ ਰਹਿੰਦਾ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਮੇਰੇ ਤੇ ਮੇਰੇ ਪ੍ਰੇਮ ਕਰਨ ਦੇ ਵਿੱਚ ਵਾਲੇ ਦੇ ਵਿੱਚ ਵੀ ਕੋਈ ਫਰਕ ਨਹੀਂ ਰਹਿੰਦਾ ਬਾਬਾ ਜੀ ਨੇ ਇਹੋ ਜਿਹਾ ਪ੍ਰੇਮ ਕੀਤਾ ਗੁਰੂ ਗੋਬਿੰਦ ਸਿੰਘ ਜੀ ਨਾਲ ਗੁਰਬਾਣੀ ਦੀ ਕੋਈ ਪੰਕਤੀ ਚੁੱਕ ਲਓ ਬਾਬਾ ਜੀ ਦੇ ਜੀਵਨ ਤੇ ਘਟੀ ਫਿਰੋਜ਼ਪੁਰ ਦਾ ਇੱਕ ਪਰਿਵਾਰ ਹੈ ਬੇਟੀ ਉਹਨਾਂ ਦੀ ਦਿੱਲੀ ਰਹਿੰਦੀ ਹੈ ਪੱਛਮ ਵਿਹਾਰ ਨਾਮ ਫੋਨ ਨੰਬਰ ਚਾਹੋ ਮੈਂ ਦੇ ਦਾਂਗਾ ਹੁਣੇ ਲਾਈਵ ਜਾ ਰਿਹਾ ਮੈਂ ਤਾਂ ਨੰਬਰ ਨਹੀਂ ਬੋਲਦਾ ਨਾਂ ਬੋਲਦਾ ਨਾ ਨਾਂ ਹੈਗਾ ਬੱਚੀ ਦਾ ਹਰਿੰਦਰ ਕੌਰ ਅੱਜ ਤੋਂ 8 ਸਾਲ ਪੁਰਾਣੀ ਤੁਹਾਨੂੰ ਗੱਲ ਦੱਸ ਰਿਹਾ ਮੈਨੂੰ ਵੀ ਨਹੀਂ ਉਦੋਂ ਪਤਾ ਸੀ ਬਾਬਾ ਦੀਪ ਸਿੰਘ ਜੀ ਕਿੱਡੇ ਵੱਡੇ ਉਹਨਾਂ ਦੇ ਮਦਰ ਫਿਰੋਜ਼ਪੁਰ ਵਿੱਚ ਗਾਇਨ ਕਾਲਜ ਜਿਸ ਨੇ ਸਮਝਦੇ ਹੋ ਨਾ ਪੜ੍ਹੇ ਲਿਖੇ ਹੋ ਤੁਸੀਂ ਸਾਰੇ ਬੀਬੀਆਂ ਦੇ ਡਾਕਟਰ ਜੀ ਹੈ ਉਹ ਗਾਇਨ ਕਾਲਜ ਦੇ ਡਾਕਟਰ ਉਹਨਾਂ ਦਾ ਨਾਂ ਹੈ ਡਾਕਟਰ ਸਵੀਟੀ ਕੌਰ ਮੈਂ ਇਹ ਦ੍ਰਿਸ਼ਟਾਂਤ ਸੁਣਾ ਕੇ ਫਿਰ ਸਮਾਪਤੀ ਕਰਨ ਲੱਗਾ ਭਾਈ ਸਾਹਿਬ ਜੀ ਆ ਗਏ ਜਿਨ੍ਹਾਂ ਦੀ ਤੁਸੀਂ ਉਡੀਕ ਕਰ ਰਹੇ ਸੀ ਸਾਡੇ ਗਰੀਬ ਜੱਥੇ ਵੱਲੋਂ ਸੰਗਤ ਵੱਲੋਂ ਜੀ ਆਇਆਂ ਨੂੰ ਸੰਗਤ ਇੱਕ ਜਕਾਰਾ ਲਾ ਕੇ ਭਾਈ ਸਾਹਿਬ ਜੀ ਨੂੰ ਜੀ ਆਇਆਂ ਕਹੋ ਜੀ ਸਤਿ ਸ੍ਰੀ ਅਕਾਲ ਫਿਰੋਜ਼ਪੁਰ ਇਲਾਕੇ ਦਾ ਨਾਂ ਹੈਗਾ ਜੀ ਚੂਈ ਚੌਂਕ ਚੂਈ ਚੂਈ ਹੁੰਦੀ ਨਾ ਘੜਾਂ 'ਚ ਦੌੜਦੀ ਆ ਉਹਦੇ ਨਾਂ 'ਤੇ ਚੌਂਕ ਹੈਗਾ ਫਿਰੋਜ਼ਪੁਰ 'ਚ ਉੱਥੇ ਉਹਨਾਂ ਦਾ ਕਲੀਨਿਕ ਹੈ ਨਾਂ ਹੈਗਾ ਜੀ ਡਾਕਟਰ ਸਵੀਟੀ ਕੌਰ ਉਸ ਭਲੀ ਮਾਨਸ ਬੀਬੀ ਦੇ ਸੰਗਤ ਕਰਨ ਵਾਲੀ ਬੀਬੀ ਦੇ ਕਿਸੇ ਨੇ ਮਰਡਰ ਕੇਸ ਪਾ ਦਿੱਤਾ ਮਰਡਰ ਕੇਸ ਵੀ ਪਤਾ ਕਿੱਦਾਂ ਦਾ ਪਿਆ ਮਰਡਰ ਕੇਸ ਵੀ ਇੱਦਾਂ ਦਾ ਪਿਆ ਕਿ ਇੱਕ ਫਿਰੋਜ਼ਪੁਰ 'ਚ ਲਾਈਵ ਜਾ ਰਿਹਾ ਮੈਨੂੰ ਤੁਹਾਨੂੰ ਦੱਸਣ ਵਾਸਤੇ ਲਫ਼ਜ਼ ਬੋਲਣੇ ਪੈਣੇ ਬਖਸ਼ ਲੈਣਾ ਇੱਕ ਗੂੰਗੀ ਬੱਚੀ ਦਾ ਉਹਦੇ ਨਾਲ ਦੁਸ਼ਕਰਮ ਹੋਇਆ ਬੱਚੀ ਪ੍ਰੈਗਨੈਂਟ ਹੋ ਗਈ
ਕਿਸੇ ਹੋਰ ਡਾਕਟਰ ਨੇ ਉਹਦਾ ਅਬੋਰਸ਼ਨ ਕੀਤਾ, ਉਹ ਬੱਚੀ ਦੀ ਡੈਥ ਹੋ ਗਈ ਤੇ ਉਹ ਡੈਥ ਦਾ ਜਿਹੜਾ ਇਲਜ਼ਾਮ ਸੀ ਉਹ ਇਸ ਡਾਕਟਰ ਤੇ ਲਾ ਦਿੱਤਾ ਗਿਆ। ਜਿਹੜਾ ਸੱਚਾ ਬੰਦਾ ਹੁੰਦਾ ਨਾ ਉਹਨੂੰ ਫਿਰ ਘਬਰਾਹਟ ਹੁੰਦੀ, ਮੈਂ ਕੀ ਕਰਾਂ, ਮੈਂ ਗੱਲ ਛੋਟੀ ਕਰਾਂ, ਇਹਨੂੰ ਸਮਝ ਨਾ ਆਵੇ ਮੈਂ ਕੀ ਕਰਾਂ। ਫਿਰੋਜ਼ਪੁਰ ਇੱਕ ਗੁਰਮੁਖ ਪਿਆਰੇ ਨੇ, ਉਹਨਾਂ ਦਾ ਨਾਂ ਹੈ ਭਾਈ ਸਵਰਨ ਸਿੰਘ ਜੀ, ਬਹੁਤ ਨਾਮ ਅਭਿਆਸੀ ਰੂਹ ਨੇ ਤੇ ਬਾਬਾ ਦੀਪ ਸਿੰਘ ਦੇ ਚਰਨਾਂ ਦੇ ਆਸ਼ਕ ਨੇ, ਆਸ਼ਕ ਇੱਥੋਂ ਤੱਕ ਪ੍ਰੇਮ ਕਰਦੇ ਨੇ ਬਾਬਾ ਜੀ ਦੇ ਚਰਨਾਂ ਨਾਲ, ਐਤਵਾਰ ਨੂੰ ਸੇਵਾ ਕਰਨ ਜਾਂਦੇ ਨੇ ਫਲੱਸ਼ਾਂ ਦੀ, ਪੋਲਿਸ਼ ਦੀ, ਤੇ ਕਹਿੰਦੇ ਨੇ ਐਤਵਾਰ ਨੂੰ ਜੇ ਸਾਡੀ ਮਾਂ ਵੀ ਮਰ ਜੇ ਅਸੀਂ ਸੰਸਕਾਰ ਸੋਮਵਾਰ ਨੂੰ ਕਰਾਂਗੇ ਕਿਉਂਕਿ ਐਤਵਾਰ ਨੂੰ ਅਸੀਂ ਬਾਬਾ ਦੀਪ ਸਿੰਘ ਜੀ ਦੇ ਭੰਗੀ ਆ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਇੰਨੀ ਗੜੁੱਚ ਰੂਹ ਹੈ ਮੈਂ ਤੁਹਾਨੂੰ ਕੀ ਦੱਸਾਂ। ਰੋਜ਼ ਅੰਮ੍ਰਿਤ ਵੇਲੇ 1:30 ਵਜੇ ਦਾ ਦੋਨਾਂ ਮੀਆਂ ਬੀਬੀ ਦਾ ਨਿਤਨੇਮ। ਇਹ ਵਿਚਾਰੀ ਡਾਕਟਰ ਉਹਨਾਂ ਕੋਲ ਚਲੀ ਗਈ, ਕਹਿੰਦੀ ਵੀਰ ਜੀ ਮੈਂ ਨਿਰਦੋਸ਼ ਹਾਂ, ਮੇਰੇ ਵਾਰੰਟ ਨਿਕਲ ਆਏ ਨੇ, ਜੇ ਮੈਂ ਜੇਲ੍ਹ 'ਚ ਚਲ ਗਈ ਸਾਡੀ ਇੱਜ਼ਤ ਅਲੱਗ ਰੁਲੇਗੀ, ਮੈਨੂੰ ਸਜ਼ਾ ਅਲੱਗ ਹੋਏਗੀ, ਤੁਹਾਡੇ ਗੁਰੂ ਘਰ 'ਚ ਜਿਸ ਐਤਵਾਰ ਨੂੰ ਜਿਸ ਬਾਬਾ ਦੀਪ ਸਿੰਘ ਦੇ ਕੋਲ ਹਰ ਐਤਵਾਰ ਨੂੰ ਜਾਂਦੇ ਹੋ ਉਸ ਗੁਰੂ ਘਰ 'ਚ ਮੇਰੇ ਬਚਣ ਦਾ ਕੋਈ ਉਪਾਅ ਨਹੀਂ ਹੈਗਾ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਕਹਿੰਦੇ ਬੀਬੀ ਸੱਚੀ ਹੈ? ਕਹਿੰਦੀ ਹਾਂਜੀ ਵੀਰ ਜੀ ਮੈਂ ਸੱਚੀ ਹਾਂ, ਮੈਨੂੰ ਕੋਈ ਰਾਹ ਦੇ ਦਿਓ ਕਿ ਗੁਰੂ ਰਾਮਦਾਸ ਜੀ ਬਾਬਾ ਦੀਪ ਸਿੰਘ ਜੀ ਮੈਨੂੰ ਇਸ ਚਿੱਕੜ 'ਚੋਂ ਕੱਢ ਲੈਣ। ਕਹਿੰਦੇ ਜਾ ਫਿਰ ਬਾਬਾ ਜੀ ਦੀ ਮਿਹਰ ਨਾਲ ਕਹਿੰਦੇ ਹਾਂ, ਬਾਬਾ ਜੀ ਦੇ ਅਸਥਾਨ 'ਤੇ ਜਾ ਕੇ ਐਤਵਾਰ ਨੂੰ ਜਿੱਥੇ ਸੰਗਤਾਂ ਜੋੜੇ ਲਾਂਦੀਆਂ ਨੇ ਜੋੜੇ ਘਰ 'ਚ ਪੋਚੇ ਮਾਰੀ ਮੂਲ ਮੰਤਰ ਜਪਦਿਆਂ। ਕਹਿੰਦੇ ਤੇਰੀ ਪੇਸ਼ੀ ਕਦੋਂ ਹੈ? ਕਹਿੰਦੀ 13 ਦਿਨ ਬਾਅਦ। ਕਹਿੰਦੇ 13 ਦਿਨ ਲਗਾਤਾਰ ਕੋਈ ਕੰਮ ਨਹੀਂ ਕਰਨਾ, ਮੂਲ ਮੰਤਰ ਦੇ ਅਖੰਡ ਅਭਿਆਸ ਕਰਨੇ ਨੇ 8-8 ਘੰਟੇ ਦੇ, ਕਹਿੰਦੇ ਘੱਟ ਨਹੀਂ ਕਰਨੇ। ਕਹਿੰਦੇ ਬਾਬਾ ਜੀ ਦੀ ਕਿਰਪਾ ਨਾਲ ਕਹਿੰਦੇ ਆ ਬਾਬਾ ਜੀ ਤੈਨੂੰ ਮੱਖਣ ਜੋ ਵਾਲ ਉਕਣ ਕੱਢ ਕੇ ਬਾਹਰ ਲੈ ਆਣਗੇ। ਉਹ ਬੀਬੀ ਜਿਹਦੇ ਵਾਰੰਟ ਨਿਕਲੇ ਹੋਏ ਨੇ, ਨੋਨ ਅਵੇਲੇਬਲ, ਘਰ 'ਚੋਂ ਨੱਸੀ ਹੋਈ ਹੈ, ਮੂੰਹ ਛੁਪਾ ਕੇ ਦੌੜ ਰਹੀ ਹੈ, 13 ਦਿਨਾਂ ਬਾਅਦ ਜਦੋਂ ਪੇਸ਼ੀ ਹੋਈ ਹੈ, ਉਹੀ ਮਾਂ ਬਾਪ ਨੇ ਬੱਚੀ ਦੇ ਜਿਨ੍ਹਾਂ ਦੀ ਬੱਚੀ ਗੁਜ਼ਰੀ ਹੈ, ਉਹੀ ਵਕੀਲ ਹੈ, ਉਹੀ ਡਾਕਟਰ ਹੈ ਜਿਨ੍ਹਾਂ ਨੇ ਪੱਟੀਆਂ ਪੜਾ ਕੇ ਝੂਠਾ ਮਰਡਰ ਕੇਸ ਪਾਇਆ, ਇਹ ਬਾਬਾ ਜੀ ਜਾਣਨ ਜਾਂ ਗੁਰੂ ਰਾਮਦਾਸ ਜੀ ਜਾਣਨ ਕੀ ਖੇਡ ਉਹਨਾਂ ਨੇ ਵਰਤਾਈ। ਸਾਰਿਆਂ ਨੇ ਜੱਜ ਦੇ ਅੱਗੇ ਹੱਥ ਜੋੜ ਤੇ ਗਿਆ, ਬੀਬੀ ਨਿਰਦੋਸ਼ ਹੈ, ਅਸੀਂ ਇਹਦੇ 'ਤੇ ਝੂਠਾ ਕੇਸ ਪਾਇਆ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਬਾਬਾ ਜੀ ਸਾਡੇ ਉਹਨਾਂ ਦੀ ਲਾਜ ਰੱਖਦੇ ਨੇ ਜਿਹੜੇ ਬੰਦਗੀ ਕਰਨ, ਜਿਹੜੇ ਨਾਮ ਜਪਣ, ਭਗਤੀ ਕਰਨ। ਅੱਜ ਬਾਬਾ ਜੀ ਦਾ ਦਿਹਾੜਾ ਮਨਾਉਣ ਆਇਓ, ਤੁਹਾਡੇ ਸਾਰਿਆਂ ਦੇ ਚਰਨਾਂ 'ਚ ਸਾਡੇ ਬੱਚਿਆਂ ਦੀ ਇਹੀ ਹੀ ਬੇਨਤੀ ਆ, ਆਪਣੀ ਵੀ ਅਰਦਾਸ ਕਰੋ, ਸਾਡੇ ਗਰੀਬ ਜੱਥੇ ਦੀ ਵੀ ਕਰੋ ਕਿ ਬਾਬਾ ਜੀ ਐਸਾ ਨਦਰ ਵਾਲਾ ਸਾਡੇ ਸਾਰਿਆਂ ਦੇ ਸਿਰ 'ਤੇ ਹੱਥ ਰੱਖਣ, ਸਾਨੂੰ ਅਭਿਆਸੀ ਹੋਣ ਦਾ ਸ਼ੌਂਕ ਲੱਗੇ, ਨਿਤਨੇਮ ਵਧਾਉਣ ਦਾ ਸ਼ੌਂਕ ਲੱਗੇ, ਨਿਤਨੇਮ ਮਨ 'ਤੇ ਬੋਝ ਪਾ ਕੇ ਨਾ ਕਰੀਏ। ਵੀਰ ਜੀ ਬੈਠੇ ਹੈ, ਭਾਈ ਮਨਪ੍ਰੀਤ ਸਿੰਘ ਜੀ, ਇਹਨਾਂ ਨੇ ਇੱਕ ਵਾਰੀ ਜ਼ਿਕਰ ਸੁਣਾਇਆ, ਕਹਿੰਦੇ ਮਰਦੇ ਟਾਈਮ ਵਾਹਿਗੁਰੂ ਉਹਦੇ ਮੂੰਹੋਂ ਨਿਕਲੇਗਾ ਜਿਹਨੇ ਜਵਾਨੀ 'ਚ ਵਾਹਿਗੁਰੂ ਦ੍ਰਿੜ ਕੀਤਾ ਹੋਏਗਾ। ਔਰ ਗੱਲ ਸੱਚੀ ਹੈ, ਇਹਨਾਂ ਨੇ ਆਪਣੇ ਇੱਕ ਜੱਥੇ ਦੇ ਸਿੰਘ ਦਾ ਗੱਲ ਸੁਣਾਈ, ਇਹਨਾਂ ਦੇ ਜੱਥੇ ਦਾ ਕੋਈ ਸਿੰਘ ਸੀ, ਕਹਿੰਦੇ ਉਹਦੇ ਪਿਤਾ ਜੀ ਨੂੰ ਨਾ ਡਿਪਰੈਸ਼ਨ ਹੋ ਗਿਆ, ਡਿਪਰੈਸ਼ਨ, ਟੈਨਸ਼ਨ ਹੋ ਗਈ, ਡਿਪਰੈਸ਼ਨ, ਕਹਿੰਦੇ ਉਹਨਾਂ ਨੂੰ ਤੇ ਕਰਦੇ ਪਤਾ ਕੀ ਸੀ। ਹੁਣ ਡਿਪਰੈਸ਼ਨ 'ਚ ਬੰਦਾ ਕੀ ਹੁੰਦਾ, ਜਾਂ ਸਿਰ ਦਰਦ ਹੁੰਦਾ, ਜਾਂ ਸੁੱਤਾ ਰਹਿੰਦਾ, ਜਾਂ ਉਲਝਲੂਲ ਗੱਲਾਂ ਕਰਦਾ, ਪਰ ਕਹਿੰਦੇ ਉਹਨਾਂ ਨੂੰ ਡਿਪਰੈਸ਼ਨ 'ਚ ਆਇਆ। ਡਿਪਰੈਸ਼ਨ ਆਉਣ ਤੋਂ ਬਾਅਦ ਉਹ ਬਜ਼ੁਰਗ ਪਤਾ ਕੀ ਕਰਦੇ ਸੀ, ਕਹਿੰਦੇ ਜਦੋਂ ਵੀ ਉਹਨਾਂ ਦੀ ਅੱਖਾਂ ਖੁੱਲਦੀਆਂ ਸੀ, ਕਹਿੰਦੇ ਸੀ ਲਿਆਓ ਕਛਹਿਰਾ ਪਰਨਾ ਇਸ਼ਨਾਨ ਕਰਨਾ, ਅੰਮ੍ਰਿਤ ਵੇਲਾ ਹੋ ਗਿਆ। ਕਹਿੰਦੇ ਦਿਨ 'ਚ 7-7 ਵਾਰੀ ਇਸ਼ਨਾਨ ਕਰਕੇ ਨਿਤਨੇਮ ਕਰਨ ਬਹਿ ਜਾਂਦੇ ਸਨ। ਇਹਨਾਂ ਨੇ ਉਦੋਂ ਇਹ ਸਾਰੀ ਸੰਗਤ ਨੂੰ ਬੇਨਤੀ ਕੀਤੀ ਸੀ ਕਿ ਪਿਆਰਿਓ ਬਿਨ ਹਰ ਭਜਨ ਨਹੀਂ ਛੁਟਕਾਰਾ। ਅੱਜ ਜੇ ਬਾਬਾ ਦੀਪ ਸਿੰਘ ਦੀ ਜੈ ਜੈਕਾਰਾਂ ਹੋ ਰਹੀਆਂ ਨੇ, ਸੰਗਤਾਂ ਦੀਆਂ ਝੋਲੀਆਂ ਭਰ ਰਹੀਆਂ ਨੇ, ਸਦਕੇ ਕਿਸ ਦੇ ਕਿ ਬਾਬਾ ਜੀ ਨੇ ਭਗਤੀਆਂ ਬੀਜੀਆਂ ਨੇ। ਹੁਣੇ ਬੱਚੇ ਨੇ ਪ੍ਰਮਾਣ ਲਾਇਆ ਸੀ ਨਾ, ਤੈਨੂੰ ਕੀ ਬਰਕਤ ਖਾਏ ਅਸੰਖ ਕਰੋੜੇ। ਉਹ ਅਸੰਖ ਕਰੋੜੇ ਕਿਵੇਂ? ਬਾਬਾ ਜੀ ਨੇ ਭੋਰਾ ਸਾਹਿਬ 'ਚ ਬਹਿ ਕੇ ਦਮਦਮਾ ਸਾਹਿਬ 101 ਪੜ ਜਪਜੀ ਸਾਹਿਬ ਰੋਜ਼ ਦਾ ਨਿਤਨੇਮ ਦ੍ਰਿੜ ਕੀਤਾ। ਅੱਜ ਜੇ ਅਸੀਂ ਬਾਬਾ ਜੀ ਦੀਆਂ ਖੁਸ਼ੀਆਂ ਲੈਣ ਆਏ ਹਾਂ, ਬਾਬਾ ਜੀ ਦੀਆਂ ਧੀਆਂ ਕਹਿੰਦੇ ਹਾਂ, ਆਪਣੇ ਨੂੰ ਬਾਬਾ ਜੀ ਦੇ ਪੁੱਤਰ ਕਹਿੰਦੇ ਹਾਂ, ਬਾਬਾ ਜੀ ਦੀ ਬੜੀਆਂ ਖੁਸ਼ੀਆਂ ਸਾਨੂੰ ਮਿਲਣਗੀਆਂ ਜੇ ਅਸੀਂ ਵੀ ਅੱਜ ਇੱਥੋਂ ਪ੍ਰਣ ਕਰਕੇ ਜਾਈਏ ਕਿ 7 ਬਾਣੀਆਂ ਦਾ ਨਿਤਨੇਮ ਕਰਨਾ ਹੀ ਕਰਨਾ ਹੈ। ਅੱਧਾ ਘੰਟਾ, 1.25 ਘੰਟਾ ਵਾਹਿਗੁਰੂ ਗੁਰਮੰਤਰ ਦੇ ਅਭਿਆਸ, ਜੁੜਨਾ ਹੀ ਜੁੜਨਾ ਹੈ ਸਾਧ ਸੰਗਤ ਜੀ, ਅਭਿਆਸ ਦੇ ਉੱਤੇ ਜੀਵਨ ਖੜਾ। ਕਣਕ ਹੁੰਦੀ ਨਾ, ਕਣਕ ਮੈਂ ਸਮਾਪਤੀ ਕਰ ਰਿਹਾ ਜੀ, ਕਣਕ ਜਿਹੜੀ ਖਾਂਦੇ ਹੋ ਨਾ ਰੋਟੀ ਪਕਾ ਕੇ, ਕਣਕ ਤਾਂ ਮਿੱਠੀ ਹੁੰਦੀ ਹੈ, ਇਹ ਆਪਣੇ ਆਪ ਦੇ ਧੁੱਪ ਸਾਰਦੀ ਹੈ, ਜੇ ਧੁੱਪ ਨਾ ਸਾਰੇ ਤੇ ਕੱਚੀ ਰਹਿ ਜਾਏਗੀ, ਤੁਹਾਡੇ ਪੇਟ 'ਚ ਦਰਦ ਕਰੇਗੀ। ਆ ਜਿਹੜਾ ਸੇਬ ਖਾਂਦੇ ਹੋ ਨਾ, ਸੇਬ
ਇਹਦੇ ਅੰਦਰ ਮਿਠਾਸ ਭੜਦੀ ਹੈ। ਇਹ ਆਪਣੇ ਆਪ ਤੇ ਸੂਰਜ ਦੀ ਗਰਮੀ ਸਾਰਦਾ ਤਾਂ, ਚੰਦਰਮਾ ਦੀ ਸ਼ੀਤਲਤਾ ਸਾਰਦਾ ਤਾਂ, ਇਹਦੇ ਅੰਦਰ ਰਸ ਭਰਦਾ ਤੇ ਤੁਸੀਂ ਆਨੰਦ ਮਾਣਦੇ ਹੋ। ਅੱਜ ਦੇ ਬਾਬਾ ਜੀ ਦਾ ਆਗਮਨ ਦਿਹਾੜਾ ਮਨਾਉਣ ਆਇਓ, ਗੁਰੂ ਦੀ ਕਿਰਪਾ ਨਾਲ ਕਹਿੰਦਾ ਅੱਜ ਕੋਈ ਭੈਣ ਕੋਈ ਵੀਰ ਜਕਾਰਾ ਲਾਵੇ ਕਿ ਕੱਲ ਜਿਹੜਾ ਦਿਨ ਚੜੇਗਾ ਇੱਕ ਰੀਝ ਦੇ ਨਾਲ, ਇੱਕ ਉਮੰਗ ਦੇ ਨਾਲ, ਇੱਕ ਮਾਹਾ ਦੇ ਨਾਲ ਸੱਤ ਬਾਣੀਆਂ ਦਾ ਨਿਤਨੇਮ ਕਰਾਂਗੇ, ਪੰਜ ਸਵੇਰੇ ਛੇ ਵੀਰ ਰਾਜ ਸਤਵਾ ਕੀਰਤਨ ਸੋਹਿਲਾ, ਕਿ ਗੁਰੂ ਗੋਬਿੰਦ ਸਿੰਘ ਜੀ ਅਸੀਂ ਆਪਣੇ ਆਪ ਨੂੰ ਬਾਬਾ ਜੀ ਦੇ ਨਾਮ ਤਰੀਕ ਖਵਾਨੇ ਆ, ਬਾਬਾ ਜੀ ਦੇ ਨਾਮ ਤਰੀਕ ਖਵਾਨੇ ਆ, ਨਿਤਨੇਮ ਕਰਨ ਦਾ ਸਾਨੂੰ ਸ਼ੌਂਕ ਲਾ ਦਿਓ। ਕੋਈ ਵੀਰ ਕੋਈ ਭੈਣ ਜਕਾਰਾ ਲਾਵੇ, ਸਤਿ ਸ੍ਰੀ ਅਕਾਲ ਉਹ ਲਾਵੇ ਜਿਹੜਾ ਬਾਬਾ ਜੀ ਦੇ ਨਾਲ ਅੰਦਰੋਂ ਪ੍ਰਿਆਮ ਕਰਦਾ ਜੀ। ਕੋਈ ਭਾਈ ਵੀ ਜਕਾਰਾ ਬੁਲਾਵੇ ਨਾ, ਬਾਬਾ ਜੀ ਦੀ ਅਸਲੀ ਖੁਸ਼ੀਆਂ ਸਾਡੀ ਝੋਲੀ ਚ ਪੈਣਗੀਆਂ। ਅਸੀਂ ਸਾਰੇ ਇੱਥੋਂ ਨਿਤਨੇਮੀ ਹੋ ਕੇ ਜਾਈਏ। ਆਓ ਜੀ ਬਾਬਾ ਜੀ ਦੀ ਵਡਿਆਈ ਅਜੇ ਇੱਕ ਵਾਰੀ ਫੇਰ ਪੜ੍ਹੋ, ਨਾਲ ਹੀ ਸਮਾਪਤੀ ਹੈ ਜੋ ਮਾਇਆ ਝੋਲੀ ਚ ਪਾ ਗਏ ਹੋ। ਤੁਹਾਡੀ ਦਿੱਤੀ ਮਾਇਆ ਦਾ ਇੱਕ ਇੱਕ ਪੈਸਾ ਮਹਾਂਪੁਰਖਾਂ ਦੀਆਂ ਅਸੀਸਾਂ ਨਾਲ ਜਿਹੜੇ ਭਲਾਈ ਦੇ ਕਾਰਜ ਚੱਲ ਰਹੇ ਉੱਥੇ ਲੱਗਦਾ ਹੈ। ਅਰਦਾਸ ਕਰਿਓ ਇਸੇ ਤਰ੍ਹਾਂ ਬਾਬਾ ਜੀ ਅਖੀਰ ਤੱਕ ਨਿਭਾ ਦੇਣ, ਕਰਿਓ ਜੀ ਕਿਰਪਾ ਸਾਰੇ। ਕੋਈ ਨਾ ਮੇਟਨ ਹਾਰਾਇਓ ਨਾ ਦੀ ਸੋਭਾ ਜੁਗ ਜੁਗ ਹੋਈ, ਕੋਈ ਨਾ ਮੇਟਨ ਹਾਰਾਇਓ ਨਾ ਦੀ ਸੋਭਾ ਜੁਗ ਜੁਗ ਹੋਈ। ਸੰਗਤ ਬੋਲੇ ਕੋਈ ਸੋਭਾ ਜੁਗ ਜੁਗ ਹੋਈ, ਬੋਲੋ ਧੰਨ ਧੰਨ ਬਾਬਾ ਦੀਪ ਸਿੰਘ ਜੀ, ਧੰਨ ਧੰਨ ਬਾਬਾ ਦੀਪ ਸਿੰਘ ਜੀ, ਧੰਨ ਧੰਨ ਬਾਬਾ ਦੀਪ ਸਿੰਘ ਜੀ, ਜਗਤ ਕਰੇ ਨਮਸਕਾਰ, ਜਗਤ ਕਰੇ ਨਮਸਕਾਰ, ਜਗਤ ਕਰੇ ਨਮਸਕਾਰ, ਜਗਤ ਕਰੇ ਨਮਸਕਾਰ, ਉਹਨਾਂ ਨੂੰ ਸਭ ਜਗਤ ਕਰੇ ਨਮਸਕਾਰ, ਸਭ ਜਗਤ ਕਰੇ ਨਮਸਕਾਰ, ਉਹਨਾਂ ਨੂੰ ਸਭ ਜਗਤ ਸਭ ਤਿਸਕਾ ਸਭ ਸਦੇ ਆਧਾਰ, ਨਾਨਕ ਗੁਰਮੁਖ ਦੇਵੀਐ ਸਦਾ ਸਦਾ ਦਾਤਾਰ, ਓਂ ਬਲਿਹਾਰੀ ਤਿੰਨ ਕੋ ਜਿਨ ਧਿਆਇਆ ਨਰ ਨਿਰੰਕਾਰ ਜੀ, ਉਹਨਾਂ ਕੇ ਮੁਖ ਸਦ ਉਜਲੇ, ਉਹਨਾਂ ਨੂੰ ਸਭ ਜਗਤ ਕਰੇ ਨਮਸਕਾਰ, ਬੋਲੋ ਉਹਨਾਂ ਨੂੰ ਸਭ ਜਗਤ ਕਰੇ ਨਮਸਕਾਰ ਜੀ, ਕੋਈ ਨਾ ਮੇਟਨ ਹਾਰਾਇਓ ਨਾ ਦੀ ਸੋਭਾ ਜੁਗ ਜੁਗ ਹੋਈ, ਕੋਈ ਨਾ ਮੇਟਨ ਹਾਰਾਇਓ ਨਾ ਦੀ ਸੋਭਾ ਜੁਗ ਜੁਗ ਹੋਈ। ਆਪਣੀ ਵੀ ਅਰਦਾਸ ਕਰਨਾ ਸਾਡੇ ਗਰੀਬ ਜਥੇ ਦੀ ਵੀ, ਇਸੇ ਤਰ੍ਹਾਂ ਬਾਬਾ ਦੀਪ ਸਿੰਘ ਸਿਰ ਤੇ ਹੱਥ ਰੱਖ ਕੇ ਆਪਣਾ ਬਣਾਈ ਰੱਖਣ, ਮਾਂ ਬਾਪ ਬਣ ਕੇ ਦਿਓ ਸੀਸ, ਗੱਜ ਕੇ ਆਖੋ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ।